أعوذ بالله من الشيطان الليل الرجيم بسم الله الحمد لله رب العالمين والعاقبة للمتقين السلام على أشرف الأنبياء والمرسلين الذي قيل في شانه أرسلناك إلا رحمة للعالمين بسم الله بسم الله پڑھ کے ذکر کرتا ہے بے ابتدا 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 Ah!
بسم اللہ کی بقا کے لیے بی بی اجڑ گئی نے ذکر حسین عشق دی نماز ہے عزاداری مظلوم کربلا عشق دی نماز ہے مدہ خانی مظلوم کربلا عشق دی نماز ہے ماتمداری مظلوم کربلا عشق دی نماز ہے نوحہ خانی مظلوم کربلا عشق دی نماز ہے بانی مجلس دی نیتی نماز تیری میری نیتی نماز میرا مرشد حسین قبول و منظور فرماوے بسم اللہ کی بقا کے لیے یہ گھر ہوا تباہ وہ بھی بسم اللہ والے گھرانے کو زندہ نشاملا آئے بھولی شام نہ ہوئے شام نہ رلحا جعفر تیار دی شریف لو رومن والے چٹنیا کربلا دا میدان لکو دک صحرا ویرانہ ویرانہ ڈاڈھی گرمی آئی دیاں بینی آلیاں گرم زمین آئی لکھا مارن والے آئے کلہ مری جان آئے مجلس دی ابتدا ہے جویں مرضی سن جڑے مارن والے آئے نوں نہ ٹھنڈے شربت پیتی ہویا ہے جڑا مری جان والا او ترائے دین دا تسا آئے جڑے مارن والے آئے نہ فوجی آئے جڑا مری جان والا او دی فوج کس گئی آئے جڑے مارن والے آئے نوں نوں انعام دا لالچ آئی جڑا مری جان والا او نانے دی امت ودا بخشویں دا آئی جڑے مارن والے آئے انہاں نوں انعام دا لالچ آئی جڑے مری جان والے او نانے دا دین ودے بچندیاں جڑے مارن والے آئے انہاں نوں ڈر کوئی نہیں جڑے مارن والے آئے اک بہن نوں ہس ہس کے آدے ہن راج راج مارو جیندا ڈر آئی او من دریا تے سم گیا ہے ਈ ਵੇਲੇ ਰੋਵਣ ਵਾਲਿਆ ਜਿਹੜੇ ਮਾਰਨ ਵਾਲਿਆ ਇਹਨਾਂ ਨੂੰ ਕਈ ਦਾ ਡਰ ਕੋਈ ਨਹੀਂ ਜਿਹੜਾ ਮਰੀ ਜਾਣ ਵਾਲਾ ਉਹਨੂੰ ਫੇਣੀ ਦੀਆਂ ਚਾਦਰਾਂ ਦਾ ਡਰ ਆਈ ਜਿਹੜੇ ਮਾਰਨ ਵਾਲਿਆ ਇਹਨੂੰ ਸਾਈਆਂ ਕੱਢ ਕੱਢ ਕੇ ਆਇਆ ਇਹਨ ਜਿਹੜਾ ਮਰੀ ਜਾਣ ਵਾਲਾ ਉਹ ਲਾਸ਼ਾਂ ਚਾ ਚਾ ਕੇ ਥੱਕਾ ਹੋਇਆ ਆਈ ਸੈਣ ਰਾਜੀ ਹੋਣੇ ਸੈਣ ਰਾਜੀ ਹੋਣੇ علی بادشاہ دا خالق رضی اللہ جڑے مارن والے آن ایک مینو آسس کے آدن راج راج مارو ایندا کوئی نہیں بچیا جڑے مارن والے آئے نو سائیاں کٹ کٹ کے آیا جڑا مری جان والا او لاشاں چا چا کے تھکا ہویا مجلس دی ابتدا ہے مسلمان مرن دے رہن اسلام کسداری آئے دیندار مرین دے رہن دین کسداری آئے نمازی مرین دے رہن نماز کسدی رہی ہے کاری مرین دے رہن قرآن کسداری آئے کسان آلے دی تسی بین سارت قرآن رکھیا دی آئی نا مارو کاریاں نا مارو حافظاں نا مارو حاجیاں نا مارو الحاجاں نا مارو نمازیاں صحابیوں نہ مارو لازہ انتظار چکرو لازے دے بعد آپ پہ ماروے سی آدھی آئی دی ارے بیلے دی اکبر دے دی گھر چوبر چی کر دی سن بیلے دا جیندہ کوئی نہیں ابتدائی مجلس ہے وارسا والا دربار اللہ جانے کت بیٹھی ہوں میں اس غم دے وارث
ਕੱਲਾ ਬੈਠਾ ਹੈ, ਵੀਰਾ ਮਾਰੇ ਗਏ, ਪੁੱਤਰ ਮਾਰੇ ਗਏ, ਭਤਰੀਜੇ ਮਾਰੇ ਗਏ, ਜਵਾਨ ਮਾਰੇ ਗਏ, ਨਾਦਾਨ ਮਾਰੇ ਗਏ, ਹਾਲਾਂਕਿ ਮਹਿਮਾਨ ਮਾਰੇ ਗਏ, ਕੱਲਾ ਬੈਠਾ ਹੈ ਤੇ ਕੋਲ ਉਹ ਬੇਗੈਰਤ ਖੜਾ ਹੈ ਜੇ ਕਾਬਾ ਦੀਨ ਦਾ ਡਰਾਇਆ। ਜ਼ਾਲਿਮ ਦੇ ਬੱਚੇ ਪਹਿਲੀ ਜ਼ਰਬ ਮਾਰੀ ਹੈ, ਭੇਣੀ ਮਾਤਮ ਕੀਤਾ, ਦੂਜੀ ਜ਼ਰਬ ਮਾਰੀ ਹੈ, ਹਰਮਾ ਮਾਤਮ ਕੀਤਾ, ਜਿਹੜੇ ਵੇਲੇ ਤੀਜੀ ਜ਼ਰਬ ਮਾਰੀ ਹੈ, ਮਜ਼ਲੂਮ ਦੀ 4 ਸਾਲ ਦੀ ਧੀ ਦਰਿਆ ਦੋ ਦੌੜੀ ਹੈ, ਸਰ ਤੈਨੂੰ ਇਹ ਬਾਈ ਰੱਖਿਆ ਦੀ ਚਾਚਾ ਰਾਜ਼ੀ ਆਵੇ, ਮੇਰਾ ਗਰੀਬ ਬਾਬਾ ਕੱਲਾ ਪਿਆ ਮਰੀਂਦਾ ਹੈ, ਵਫਾ ਦੇ ਪਰਵਰਦਿਗਾਰ ਦੀ ਲਾਜ ਤੜਪੀਏ ਕੱਪੀਏ ਗੱਲ ਚੁੱਕੂ ਕਾਈਏ, ਮੈਨੂੰ ਤੇਰੇ ਬਾਬੇ ਦੀ ਚੁੱਪ ਖਾ ਗਈ ਹੈ। ਸੋਹਣਾ ਬੈਠੇ ਸੁਣਦੇ ਹੋ, ਮੈਂ ਤਕੀਦਤ ਨਾਲ ਸ਼ਹਿਨਸ਼ਾਹ ਦੇ ਇਸ਼ਕ ਦੀ ਨਮਾਜ਼ ਪੜ੍ਹਦਾ, ਅੱਖ ਬੰਦ ਕਰਕੇ ਸ਼ਹਿਨਸ਼ਾਹ ਦੇ ਇਸ਼ਕ ਦੀ ਨਮਾਜ਼ ਪੜ੍ਹਨ ਦਾ ਦੀਆਂ ਕੋਸ਼ਿਸ਼ ਕਰਦਾ, ਇਨਸ਼ਾਅੱਲਾ ਮੈਂ ਸਹੀ ਪੜ੍ਹ ਲਵਾਂ। ਇਹਾਂ ਸਥਾਨ ਚ ਬਹਿ ਕੇ ਰੋਵਣ ਵਾਲਿਆਂ, ਜਿਹੜੇ ਵੇਲੇ ਚੌਥੀ ਜ਼ਰਬ ਮਾਰੀ ਹੈ, ਕੁੱਤੇ ਦੇ ਬੱਚੇ ਸ਼ਿਮਰ ਬੇਗੈਰਤ ਨੇ ਜਿਹੜੇ ਵੇਲੇ ਚੌਥੀ ਜ਼ਰਬ ਮਾਰੀ, ਇਹਦੇ ਤੇ ਲਾਨਤ। ਕਾਇਨਾਤ ਦੇ ਉਜੜਿਆਂ ਨੂੰ ਵਸਾਵਣ ਵਾਲਾ ਖੰਜਰ ਤਲੇ ਤੜਪੇ ਸ਼ਬੀਰ ਫਰਮਾਇੰਦਾ, ਮੈਂ ਉਹ ਸਖੀ ਹਾਂ, ਮੈਂ ਕਈ ਕੋਲੋਂ ਕੁਝ ਨਹੀਂ ਕਰਾਂ ਮੰਗਿਆ, ਯਾਲੇ ਮੈਂ ਪਰਦੇਸ, ਮੇਰੇ ਸਾਰੇ ਮਾਰੇ ਗਏ, ਮੇਰੇ ਤੇ ਹਿੱਕਾ ਮਿੰਨਤ ਚਲਾ, ਜ਼ਾਲਿਮਾ ਦੇ ਕੜਾ ਸਵਾਲ ਨਾ ਕਰਨ ਵਾਲਾ ਕਿਆ ਮੰਗਦਾ ਹੈ ਸ਼ਬੀਰਾ ਦਾ, ਜਿਹੜੇ ਪਾਸੇ ਤੂੰ ਖੜਾ ਹੈ ਤੇਰੀ ਫੌਜ ਦੋ ਕਾਂਡੇ, ਮੇਰੀ ਭੇਣੀ ਦੇ ਖੇਮਿਆਂ ਜੋ ਤੇਰਾ ਮੂੰਹ, ਤੂੰ ਜ਼ਰਬਾ ਮਰੇ ਨਾ, ਮੇਰੀ ਭੇਣ ਪੈਦੇ ਦੀਏ ਮਿੰਨਤ ਲਾ, ਈ ਪਾਸੂ ਹਟ ਕੇ ਇਹਨੂੰ ਆ ਕੇ ਖੜਵਾਂ, ਜ਼ਾਲਿਮਾ ਦਾਈ ਤੇ ਕੋ ਕਿਹੜਾ ਫਾਇਦਾ ਮੇਰੇ ਹੀ ਦੁੱਖਰਾਂ ਨਾਲ, ਸ਼ਬੀਰਾ ਦਾ ਤੇਰੀ ਕੰਡ ਮੇਰੀਆਂ ਭੇਣੀ ਦੇ ਖੇਮੇ ਦੋ ਸੀ, ਬਾਤ ਜਿਵੇਂ ਮਰਜ਼ੀ ਜ਼ਰਬਾ ਮਾਰੇ, ਮੱਥਾ ਜ਼ਰਬਾ ਦੇ ਕੇ ਮੇਰੀ ਭੇਣ ਬਾਹਰ ਆ ਵੰਜੇ, ਇਵੇਂ ਬਾਂਦੀ ਬਾਂਦੀ ਮਿੱਟੀ ਤੇ ਬਹਿ ਗਈ ਆਜੀ ਆਜੀ, ਮੈਂ ਕੋਤੇ ਨਹੀਂ ਕੁਛ ਵਾਂ, ਅਕਬਰ ਤੇ ਕਾਸਿਮ ਦੇ ਕਾਤਲਾਂ ਦੀਆਂ ਮਿੰਨਤਾਂ ਨਾ ਚਾ, ਮੇਰਾ ਵਾਦਾ ਹੋਇਆ ਮੈਂ ਬਾਹਰ ਆ ਸਾ, ਮੈਂ ਦੀ ਘੜੀਆਂ ਔਖਾ ਪਿਆ ਕੁਸਦਾ ਸਹਿਰਾ ਜੀ ਨੇ ਖਲੂਸ ਵਾਲੀ ਮਕਾਨ ਹੈ, ਮੁਹੱਬਤ ਵਾਲੀ ਮਕਾਨ ਹੈ, ਅਲਹਮਦੁਲਿਲਾ ਹਰ ਅਖਤਰ ਹੋ ਗਈ ਹੈ, ਇਹਨਾਂ ਹੰਝੂਆਂ ਤੇ ਅਲੀ ਦੀ ਧੀ ਮੋਹਰ ਚਲਾਵੇ, ਤੇਰਾ ਮੇਰਾ ਜ਼ਰੀਆ ਨਿਜਾਤ ਬਣ ਵੇ ਸੀ, ਜ਼ਾਲਿਮਾ ਤੇ ਨਹੀਂ ਮੰਨੀਂਦੀ, ਔਖੇ ਜੁਮਲੇ ਨੇ। ਜੰਗ ਦੇ ਇਲਾਕੇ ਦੇ ਮੁਸੇ ਮਜ਼ਾਜ ਲੋਕਾਂ, ਸੈਦਾਂ ਗੈਰ ਸੈਦਾਂ, ਬਜ਼ੁਰਗਾਂ ਜਵਾਨਾਂ, ਪਰਦਾਦਾਰ, ਮੇਰੀਆਂ ਮਾਵਾਂ ਭੈਣਾਂ ਧੀਆਂ ਸੈਯਦਾਦੀਆਂ ਮੇਰੀਆਂ ਸੈਣੀ, ਔਖਾ ਜੁਮਲਾ ਹੈ। ਜ਼ਾਲਿਮ ਦੇ ਬੱਚੇ ਨੇ ਜਿਹੜੇ ਵੇਲੇ 7ਵੀਂ ਜ਼ਰਬ ਮਾਰੀਏ, ਖੰਜਰ ਜ਼ਮੀਨ ਤੇ ਸੱਟਿਆ, ਕੁੱਤੇ ਦੇ ਬੱਚੇ ਨੇ ਪਸੀਨਾ ਸਾਫ ਕਰਨਾ ਸ਼ੁਰੂ ਕੀਤਾ, ਜਿਸਮ ਵਿੱਚ ਕਪ ਕਪੀ ਲਰਦੇ, ਨਾਮੁਮਕਿਨ ਨੂੰ ਮੁਮਕਿਨ ਬਣਾਉਣ ਵਾਲਾ ਫਰਮਾਇੰਦਾ, ਥੱਕ ਗਈਆਂ ਥੱਕ ਗਈਆਂ, ਮਨ ਸਾਈ ਕੱਢ ਲੈ ਮੇਰਾ ਕੌਣ ਡਿਠਾਈ, ਜ਼ਾਲਿਮ ਮਾਤਾ ਥੱਕਿਆ ਨਹੀਂ ਆ, ਸ਼ਬੀਰਾ ਦੇ ਤਸਾਂ ਵਾਂਗ ਪਾਣੀ ਪੀਆ, ਤੈਨੂੰ ਤਾਂ ਰੋਕਣ ਵਾਲਾ ਹੀ ਕੋਈ ਨਹੀਂ, ਜ਼ਾਲਿਮ ਦਾ ਬੱਚਾ ਬਕਵਾਸ ਕਰਕੇ ਆਦਾ, ਨਾ ਮੈਂ ਥੱਕਿਆ ਨਾ ਮੈਂ ਤਸਾਂ, ਮੈਂ ਹੈਰਾਨ ਆ ਤੇ ਮੈਂ ਡਰ ਗਿਆ, ਮੈਂ ਆਪਣੀ ਪੂਰੀ ਤਾਕਤ ਲਾ ਕੇ ਜ਼ਰਬ ਚਲੈਨਾ, ਹੁਸੈਨ ਲਾ ਜਾਣੇ ਕਿਹੜੀ ਵਜ੍ਹਾ ਹੈ, ਨਾ ਤੇਰੇ ਗਰਦਨ ਤੇ ਜ਼ਖਮ ਆਉਂਦਾ ਹੈ ਨਾ ਖੂਨ ਵਾਂਦਾ ਹੈ, ਅੱਲਾ ਜਾਣੇ ਮੇਰੇ ਚ ਤਾਕਤ ਕੋਈ ਨਹੀਂ, ਅੱਲਾ ਜਾਣੇ ਖੰਜਰ ਕਿਉਂ ਨਹੀਂ ਲੱਗਦਾ, ਜ਼ਰਬ ਕਿਉਂ ਨਹੀਂ ਲੱਗਦੀ, ਖੂਨ ਕਿਉਂ ਨਹੀਂ ਵਾਂਦਾ, ਅੱਲਾ ਜਾਣੇ ਜ਼ਰਬ ਕਿਉਂ ਨਹੀਂ ਲੱਗਦੀ, ਖੂਨ ਕਿਉਂ ਨਹੀਂ ਵਾਂਦਾ, ਸ਼ਬੀਰ ਦੇ ਕਿਆ ਸਮਝ ਸੇ, ਕਈ ਸਖੀ ਨਾਲ ਵਾਸਤਾ ਪਿਆਈ, ਜੇ ਥੱਕ ਪੀਏ ਤਾਂ ਹੁਣ ਜ਼ਰਬ ਮਾਰ, ਜ਼ਾਲਿਮ ਦੇ ਬੱਚੇ 8ਵੀਂ ਜ਼ਰਬ ਮਾਰੀ ਹੈ, ਸ਼ਬੀਰ ਢਾ ਮਾਰ ਕੇ ਆਦਾ, ਅੰਮਾ ਹੱਥ ਚਾ ਲੈ, ਉਹ ਮੇਰੀ ਡੁੱਕੇ ਪਾਸੀ ਵਾਲੀ, ਅੰਮਾ ਹੱਥ ਚਾ ਲੈ, ਮੇਰਾ ਕਾਤਲ ਥੱਕ ਪੀਆ, ਮੈਂ
ਅਲੀ ਬਾਦਸ਼ਾਹ ਦਾ ਖਾਲਿਕ ਤੁਹਾਡੀ ਮੇਰੀ ਨੌਕਰੀ ਕਬੂਲ ਹੋ ਜੂ ਫਰਮਾ ਦੇ। ਅੱਖਾਂ ਦਾ ਵਜ਼ੂ ਹੋ ਗਿਆ, ਅੱਖਾਂ ਦਾ ਗੁਸਲ ਹੋ ਗਿਆ, ਇਹਨਾਂ ਹੰਝੂਆਂ 'ਤੇ ਅਲੀ ਦੀ ਧੀ ਮੁਹਰ ਚਲਾਵੇ, ਤੇਰਾ ਮੇਰਾ ਜ਼ਰੀਆ ਨਿਜਾਤ ਬਣ ਵੈਸੀ। ਬਹੁਤ ਸੋਹਣਾ ਇਸਤਕਬਾਲ ਕੀਤਾ ਨੇ, ਬਹੁਤ ਸੋਹਣਾ ਸੁਣਿਆ ਤੁਸਾਂ। ਇਨਸ਼ਾਅੱਲਾ ਦੁਨੀਆਂ ਦੇ ਦੁੱਖਾਂ ਤਕਲੀਫਾਂ ਤੋਂ ਮਹਿਫੂਜ਼ ਰਹੋ। ਜਿਹੜੇ ਲੋਕ ਔਲਾਦ ਨਰੀਨਾ ਵਾਸਤੇ ਸਿੱਖਦੇ ਨੇ, ਇਸ ਜ਼ਿਕਰ ਦਾ ਸਦਕਾ, ਜ਼ਿਕਰ ਦੇ ਵਾਰਸਾਂ ਦਾ ਸਦਕਾ, ਮਾਲਕ ਨੂੰ ਸਾਰਿਆਂ ਨੂੰ ਹਯਾਤੀ ਵਾਲੇ ਬਛੜੇ ਅਤਾ ਫਰਮਾਵੇ, ਜਿਨ੍ਹਾਂ ਨੂੰ ਦਿੱਤੇ ਉਹਨਾਂ ਦੀਆਂ ਜ਼ਿੰਦਗੀਆਂ ਦਰਾਜ਼ ਫਰਮਾਵੇ। ਮੈਂ ਹਕੀਰ ਦੇ ਹਾਲ 'ਤੇ ਰਹਿਮ ਤਰਸ ਕਰੇ, ਖਸੂਸੀ ਦੁਆ ਹੈ ਮਾਲਿਕ ਸਾਰੇ ਬਾਰ ਹੋਏ ਆਕਾ ਦੇ ਜਲਦ ਜ਼ਹੂਰ ਫਰਮਾ, ਹਾਦੀ ਮਾਦੀ ਦੇ ਜਲਦ ਜ਼ਹੂਰ ਫਰਮਾ, ਉੱਚਤ ਕਾਇਮ ਦਾ ਜਲਦ ਜ਼ਹੂਰ ਫਰਮਾ, ਹਰ ਮਵਾਲੀ ਹਲਾਲੀ ਦੀਵਾਨੇ ਮਸਤਾਨੇ ਨੂੰ ਆਪਣੇ ਜ਼ਮਾਨ 'ਚ ਰੱਖ, ਹਰ ਸ਼ਰੀਫ ਦੀ ਇੱਜ਼ਤ ਮਹਿਫੂਜ਼ ਰੱਖ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਹੁਕਮ ਦੀ ਤਾਮੀਲ ਹੋ ਗਈ, ਵਾਅਦਾ ਵਫਾ ਹੋ ਗਿਆ, ਹਜ਼ੂਰ ਦੀਆਂ ਜ਼ਿਆਰਤਾਂ ਨਸੀਬ ਹੋ ਗਈਆਂ। ਬਹੁਤ ਜ਼ਿਆਦਾ ਪੜ੍ਹ ਲਿਆ, ਥੋੜ੍ਹਾ ਹੋਰ ਪੜ੍ਹਨਾ ਹੈ। ਮਸਾਇਬ ਅਕੀਦਤਨ ਅੱਖ ਬੰਦ ਕਰਕੇ ਪੜ੍ਹਦਾ, ਫਜ਼ਾਇਲ 'ਚ ਕਦੇ ਕਿਸੇ ਨੂੰ ਆਖਿਆ ਨਹੀਂ, ਉਹ ਮੇਰੇ ਲਈ ਵੇਖੋ, ਗੌਰ ਕਰੋ, ਤਵੱਜੋ ਕਰੋ। ਮੈਂ ਕਿਸੇ ਨੂੰ ਆਖਾਂ ਮੇਰੇ ਲਈ ਵੇਖੋ, ਜੇ ਮੈਂ ਵੇਖਾਂ ਤਾਂ ਬੰਦਾ ਕਿਸੇ ਨੂੰ ਵੇਖਣ ਦਾ ਕਹਿੰਦਾ, ਜੇ ਤੂੰ ਮੇਰੇ ਲਈ ਵੇਖ, ਅਤੇ ਉਹ ਵੀ ਮਜਲਿਸ 'ਚ, ਇਹ ਤੋਂ ਮਲੂਮ ਹੋਇਆ ਆਪ ਵੇਖਣਾ ਚਾਹੁੰਦਾ ਹੈ। ਅਤੇ ਐਡੇ ਵੱਡੇ ਸ਼ਹਿਨਸ਼ਾਹ ਦੇ ਦਰਬਾਰ 'ਚ ਆ ਕੇ ਬੰਦਾ ਕੋਸ਼ਿਸ਼ ਕਰੇ, ਜਿਹੜੀ ਆਪ ਨੀਤ ਖੜਾ ਹੈ ਉਹ ਆ ਸਹੀ ਪੜ੍ਹਨਾ। ਬਾਕੀ ਰਹਿ ਗਈ ਵੀ ਅੱਜ ਬੱਲੇ ਬੱਲੇ ਜ਼ਿਆਦਾ ਹੋ ਗਈ, ਤਾਂ ਕੱਲ੍ਹ ਕਿਸੇ ਮੈਨੂੰ ਰਾਹ 'ਚ ਵਹਿੰਦੇ ਉਹਨੂੰ ਖੜਾ ਕੇ ਇਹ ਨਹੀਂ ਆਖਣਾ ਚਾਹ ਵੀ ਇਹ ਲੈ ਆਏ, ਬਸ ਨਹੀਂ ਆ। ਅਤੇ ਜੇ ਥੋੜ੍ਹਾ ਤੁਸਾਂ ਦਾਤ ਚੱਲੀ ਤੀ, ਤਾਂ ਇਹ ਕਿਸੇ ਨਹੀਂ ਆਖਣਾ ਜੋ ਅੱਜ ਦੇ ਬਾਅਦ ਤੇਰੀ ਜ਼ਾਕਰੀ ਵਾਲਾ ਲਸੰਸ ਅਸਾਂ ਖਤਮ ਕਰ ਦਿੱਤਾ। ਇਹ ਅਤਾ ਹੈ ਮੌਲਾ ਹਜ਼ਰਤ ਇਮਾਮ ਹੁਸੈਨ ਅਲੈਹਿਸ ਸਲਾਮ ਦੀ ਦੁਆ ਹੈ, ਮੇਰੇ ਮੁਰਸ਼ਿਦ ਬਾਬਾ ਕਰੀਮ ਕੰਦਰ ਸ਼ਹਿਨਸ਼ਾਹ ਬਾਦਸ਼ਾਹ ਦੀ। ਬੰਦਾ ਕੁਛ ਨਹੀਂ, ਇਹ ਉਸੀ ਕਾ ਦੇਣ ਹੈ, ਜੋ ਕੁਛ ਵੀ ਹੈ ਇਹ ਅਤਾ ਹੈ ਹੁਸੈਨ। ਸੋਹਣੀ ਡਿਊਟੀ ਹੋ ਗਈ ਮਜਲਿਸ ਦੀ ਤਦਾ, ਅਤੇ ਉਹ ਲੋਕ ਹੁਣ ਬੈਠੇ ਨੇ ਜਿਹਨਾਂ ਲੋਕਾਂ ਸਿਰਫ ਸੁਣਨਾ ਹੈ। ਇਹਦੇ ਬਾਅਦ ਜਿਵੇਂ ਜਿਵੇਂ ਤਾਦਾਦ ਵੱਧਦੀ ਵੈਸੀ, ਉਵੇਂ ਕੁਆਲਿਟੀਆਂ ਵੱਧਦੀਆਂ ਵੈਸਨ, ਉਵੇਂ ਮਿਜ਼ਾਜ ਬਦਲਦੇ ਵੈਸਨ, ਉਵੇਂ ਰੂਪ ਬਦਲਦੇ ਵੈਸਨ, ਉਵੇਂ ਅੰਦਾਜ਼ ਬਦਲਦੇ ਵੈਸਨ। ਦਸਤਾਰ ਕੀ ਹਰ ਤਾਰ ਕੀ ਤਹਿਕੀਕ ਹੈ ਲਾਜ਼ਮ, ਦਸਤਾਰ ਕੀ ਹਰ ਤਾਰ ਕੀ ਤਹਿਕੀਕ ਹੈ ਲਾਜ਼ਮ, ਹਰ ਸਹਿਬੇ ਦਸਤਾਰ ਮੁਅੱਜ਼ਜ਼ ਨਹੀਂ ਹੁੰਦਾ। ਹਰ ਸਹਿਬੇ ਦਸਤਾਰ ਮੁਅੱਜ਼ਜ਼ ਬਸ ਦੁਆ ਕੀਤੀ ਕਰੋ, ਕੋਸ਼ਿਸ਼ ਕੀਤੀ ਕਰੋ ਜੀ ਇਹ ਸ਼ਹਿਨਸ਼ਾਹ ਦੇ ਦਰਬਾਰ 'ਚ ਆਵਣ ਹੀ ਸੋਹਣਾ ਹੋਵੇ, ਵੰਜਣ ਹੀ ਸੋਹਣਾ ਹੋਵੇ। ਕਿਉਂਕਿ ਜਿੱਥੇ ਮੌਲਾ ਹਜ਼ਰਤ ਇਮਾਮ ਹੁਸੈਨ ਅਲੈਹਿਸਸਲਾਮ ਦੀ ਮਜਲਿਸ ਹੁੰਦੀ ਹੈ ਉਹ ਜੰਨਤ ਹੁੰਦੀ ਹੈ, ਅਤੇ ਜੰਨਤ 'ਚ ਬੈਠੇ ਹੋਏ ਜੰਨਤ ਦੇ ਲੁਤਫ ਲੱਗਣੇ ਚਾਹੀਦੇ। ਇਹ ਤੇਰਾ ਆਪਣਾ ਖਿਆਲ ਹੈ ਜੀ, ਇਹ ਜ਼ਹਿਰੀ ਤੌਰ 'ਤੇ ਤਕਾਜ਼ਾ ਬਸ਼ਰੀ ਦੇ ਤਹਿਤ ਤੈਨੂੰ ਹੁਸੈਨ ਜੰਨਤ ਬਖਸ਼ੀ, ਅੱਗੇ ਤੇਰੀ ਮਰਜ਼ੀ ਹੈ ਵੀ ਉਸ ਅਗਲੀ ਅਸਲ ਜੰਨਤ ਵਾਸਤੇ ਇੱਥਾਂ ਸਹੀ ਮਾਨੇ ਬਹਿ ਸਕਦਾ ਹੈ ਤਾਂ ਉੱਥੇ ਬਹਿ ਵੈਸੇ, ਅਤੇ ਜੇ ਇੱਥਾਂ ਨਹੀਂ ਬਹਿ ਸਕਦਾ ਉਹਦੇ ਗਾਇਨ ਨਹੀਂ ਖਾ ਸਕਦਾ, ਬਸ ਇੱਥਾਂ ਵੀ ਮਤ ਆਪੇ ਉਸੀ ਗਿਆ। ਉਹ ਜਿਹੜੀ ਦਰਜਿਆਂ ਵਾਲੀ ਗੱਲ ਹੈ ਇਹ ਵੀ, ਜੇਕਰ ਇੱਥੋਂ ਸੈੱਟ ਹੋ ਕੇ ਬੈਠੋ ਤਾਂ ਅੱਗਾ ਵੱਡਾ ਸਾਰਾ ਕੋਠਾ ਲੱਭਸੀ, ਅਤੇ ਜੇ ਇੱਥੋਂ ਸੈੱਟ ਹੋ ਕੇ ਨਾ ਬੈਠੋ ਤਾਂ ਲੱਭਸੀ ਸਹੀ, ਕੋਠਾ ਨਾ ਸਹੀ ਤਾਂ ਝੋਂਪੜੀ ਸਹੀ। ਚੰਗੀ ਗੱਲ ਇਹਦੇ ਦਾ ਹੋ ਕੇ ਬਹਿ ਵੀ ਮੈਂ ਤੈਨੂੰ ਕਿਆ ਸਮਝਾਵਾਂ, ਸਮਝਾਵਾਂ ਤਾਂ ਮੈਨੂੰ ਤਾਂ ਜੇ ਤੂੰ ਮੇਰੇ ਨਾਲੋਂ ਸਮਝਦਾਰ ਢੇਰ ਨਾ ਹੋਵੇਂ ਤਾਂ। ਹਾਂਜੀ
ਬੰਦਾ ਸਮਝਾਵੇ ਤਾਂ ਉਹਨੂੰ, ਜਿਹੜਾ ਬੰਦਾ ਸਮਝਦਾਰ ਨਾ ਹੋਵੇ ਇੱਥੇ ਆਉਂਦਾ ਹੀ ਉਹ ਜਿਹੜਾ ਸਮਝ ਵਾਲਾ ਹੁੰਦਾ ਹੈ, ਬੇਸਮਝ ਇੱਥੇ ਆਉਂਦਾ ਹੀ ਨਹੀਂ, ਵਾ ਤੁਹਾਨੂੰ ਸਮਝਾਉਣ ਦੀ ਕੀ ਲੋੜ ਹੈ। ਬੜਾ ਠੱਡਾ ਜਿਹਾ ਕਸੀਦਾ, ਇਹਨਾਂ ਗਹਿਰਾਈ ਉੱਤੇ ਕਰਨਾ ਯਕੀਨ ਛੱਡ ਦੇ, ਇਹਨਾਂ ਗੈਰਾਂ ਉੱਤੇ ਕਰਨਾ ਯਕੀਨ ਛੱਡ ਦੇ, ਛੇਤੀ ਰੱਬ ਕੋਲੋਂ ਮੰਗ ਲੈ ਤੂੰ ਪਿਆਰ ਲੀਲਾ, ਮੈਂ ਮਜਮਾ ਥੋੜਾ ਜਿਹਾ ਘਣਾ ਵੇਖ ਕੇ ਕਦੇ ਨਹੀਂ ਪੜਿਆ, ਹਮੇਸ਼ਾ ਸ਼ਹਿਨਸ਼ਾਹ ਦੇ ਇਸ਼ਕ ਦੀ ਨਮਾਜ਼ ਮੈਂ ਪੜ੍ਹਦਾ, ਜਿਸ ਦੀ ਵਾਰਸਾਂ ਵਾਲਾ ਦਰਬਾਰ ਸ਼ਾਲਾ ਵਾਰਿਸ ਰਾਜ਼ੀ ਹੋ ਜਾਵਣ, ਇਹਨਾਂ ਗੈਰਾਂ ਉੱਤੇ ਬੋਲਣ ਦਾ ਮੂਡ ਬਣ ਗਿਆ। ਮਿਹਰਬਾਨੀ ਬਹੁਤ ਮਿਹਰਬਾਨੀ, ਬਹੁਤ ਬੜੀ ਮਿਹਰਬਾਨੀ। ਇਹਨਾਂ ਗਹਿਰਾਈ ਉੱਤੇ ਕਰਨਾ ਯਕੀਨ ਛੱਡ ਦੇ, ਛੇਤੀ ਰੱਬ ਕੋਲੋਂ ਮੰਗ ਲੈ ਤੂੰ ਪਿਆਰ ਅਲੀਦਾ, ਭਾਵੇਂ ਮੇਰੇ ਪੂਰੇ ਟਾਈਮ ਪੜਨ ਤਨ ਸਾਈ ਕੱਢੀ ਰੱਖੋ, ਰੱਬ ਕੋਲੋਂ ਮੰਗ ਸਾਰਾ ਦੇ ਤੁਸਾਂ ਮੁੜ ਬੋਲਣਾ ਮੁੜ ਸਾਰੀ ਰਾਤ, ਕਰਨਾ ਯਕੀਨ ਛੱਡ ਦੇ, ਮੈਨੂੰ ਲੁਤਫ ਲਓ ਤੇ ਸੁਣੋ, ਮੰਗ ਲੈ ਤੂੰ ਪਿਆਰ ਅਲੀਦਾ, ਇਹਨਾਂ ਗਹਿਰਾਈ ਨਾਲ ਸੁਣੋ, ਕਰਨਾ ਯਕੀਨ ਛੱਡ ਦੇ, ਛੇਤੀ ਰੱਬ ਕੋਲੋਂ ਮੰਗ ਲੈ ਤੂੰ ਪਿਆਰ ਅਲੀਦਾ, ਇਹਨਾਂ ਗਹਿਰਾਈ ਉੱਤੇ ਕਰਨਾ ਯਕੀਨ ਛੱਡ ਦੇ, ਛੇਤੀ ਰੱਬ ਕੋਲੋਂ ਮੰਗ ਲੈ ਤੂੰ ਪਿਆਰ ਅਲੀਦਾ, ਇਹਨਾਂ ਗਹਿਰਾਈ ਉੱਤੇ ਕਰਨਾ ਯਕੀਨ ਛੱਡ ਦੇ, ਛੇਤੀ ਰੱਬ ਕੋਲੋਂ ਮੰਗ ਲੈ ਤੂੰ ਪਿਆਰ ਅਲੀਦਾ, ਕੁਰਬ ਮੇ ਸੋਨਾ ਵੀ ਕੋਈ ਖੂਬੀ ਹੈ, ਕਿਸੀ ਕੇ ਕਿਸੀ ਕੇ ਕੁਰਬ ਮੇ ਸੋਨਾ ਵੀ ਕੋਈ ਖੂਬੀ ਹੈ, ਮੁਸ਼ਤਬੇ ਵੀ ਤੋ ਥਾਨੇ ਮੇ ਰਾਤ ਰਹਤੇ ਹੈ, ਨਬੀ ਕੇ ਦੋਨੋ ਤਰਫ ਦੁਸ਼ਮਨੇ ਅਲੀ ਹੈ ਤੋ ਕਿਆ, ਅਰੇ ਖੁਦਾ ਕੇ ਘਰ ਮੇ ਵੀ ਲਾਤੋ ਮਨਾਤ ਰਹਤੇ ਹੈ, ਇਨਾ ਗਹਿਰਾਈ ਉਤੇ ਕਰਨਾ ਯਕੀਨ ਛੱਡ
مہربانی حالے صحیح معنی سامین دی سیٹنگ نہیں ہوئی حالے صحیح معنی سیٹنگ نال نہیں پہ بولیں دے چونکہ ہولی ہولی سیٹنگ ہو منی کم از کم رات دے نو دا یارہ بجے جا کے سیٹنگ ہو جاسی ایسا تو سیٹنگ کرن واسطے ابھی سیٹنگ ہو جاوے تے بھلا ہر بندہ سیٹ رہے نہ غیر آئی اُتے کرنا یقین چھڈی دے چھتے رب کول منگ لے تو پیار علی دا اِنہ غیر آئی اُتے کرنا یقین چھڈی دے چھتے رب کول منگ لے تو پیار علی دا گلی آپ نہیں آدا میں رسول آکھ دے ویسی جنت دے وچ حبدار علی دا حبدار علی دا حبدار علی دا تے اونوں دوزخ دے ات وچ کار سٹنا اے جڑا جڑا وی کرے گا انکار علی دا محسوس ہے جوندا پیا کیندا انکار گلا میں سنانی توجہ نال سننی تسن دل من جاوے تا کئی کئی ویلے دعا کر چھوڑا ہے اللہ دا نبی اللہ دی کلی رحمت حضور حضرت سرکار آقا حضرت محمد مصطفیٰ صلی اللہ علیہ وآلہ وسلم اللہ دی کلی رحمت اپنے گھر تشریف فرما اللہ دا نبی پریشان ہے اللہ دا محبوب پریشان ہے اللہ دا بہت سونا محبوب پریشان ہے سوچاں وچ مبتلا ہے میرا مالک اولاد نرینا تینی عطا کیتی ہے تے لے لئی ایک بیٹی ہے وہ بیٹی دا اتنا ایک مقام بنا چھوڑائی اتنا ایک رتبہ ان کو عطا کر چھوڑائی جو کائنات میرے واسطے اٹھ دی ہے تے میں نے حکم دے دیتا ہے اے میری کنیز آوے تے اندے واسطے تو اٹھے میں مجلس پڑھدا پیا تے میرا مالک ایڈے عظمتاں تے عزتاں والی میری بیٹی یہ عرب دے لوگ میرے دروازے تے دستک دیون واسطے تیار نہیں میرے کو رشتہ منگن واسطے تیار نے عرب دے لوگ تے رشتہ تے میرے کو تے میری بیٹی میں کیویں رشتہ طے کراں مالک میری بیٹی تے عرب دے لوگ رشتہ منگن مالک میں کیا کراں بے نیاز خالق دے ارشاد جبریل جی رب جلیل اگے پیغام گھن ویندا میں سنیہ لے ویندا میں ایدو دی گلاں اودے جا سنیندا میں اودو دی گلاں ایدے جا سنیندا میں اج پیغام ہی کوئی نہیں آج سنے آوی کوئی نہیں آ ایک چھوٹا جا رکا ہے تیرے جیو جے ہاتھ ہیں انہا ہاتھا دے وچ انہوں مضبوطی نال اینج پکڑنا ہے جیو جے تیرے ہاتھ ہیں انہوں راج ویکھنا نہیں کھولنا نہیں میرے محبوب نو دیمنا ہے اوتھے کھلو کے سننا نہیں بندہ ترلے پا پا کے داد لوے تے با با کھواوے نا او تو کو فیدہ نہیں ہوندہ تین مولا دا واسطہ ہی مینوں داد دے دے تین حسین دا واسطہ ہی مینوں داد دے وہ ایڈے نکیاں نکیاں گلاں واسطے حسین دے واسطے نہ پائے پر حسین دا اگر واسطہ کہیں ویلے پاونا بھی ہوئے تو جبریل سے اپنا اسرائیل سر تے آیا کھڑا ہوئے تو اس ویلے نخرے چو تین واقعہ چا تین حسین دا واسطہ ہے حالے میں نہ لے جائے میں کام میں یہ کیا نکی جی گل ہے حسین دا واسطے مولا کی پہلے سوچ دو حسین ہے کیا مڑ واسطہ او معروف رکھی چاکھائی وانو دریارو میرا آکھے آئے میرا آکھے آئے جان اے اندے پتر دے پترے جیندہ اے نو کرے انہا دریانو جاتے آکھے بھائی سرکار امام رضا علیہ السلام دا نو کرے نا دا معروف کر کے لیے وہ آدھے میرے سیر دا واسطہ ہے
ہٹ گیا ہٹ گیا انج بڑی گلاں تے پوری ہو جاندیاں تو ڈائریکٹ جڑے واسطے دینا ہے جڑے واسطے تو کھچدا ہے اگلا مننے نا اللہ جانے اللہ دی ذات نو او دے وچ کتنا ہے کہ تیرے تے کاوڑ چڑھ دی بھائی تو حسین دا واسطہ دینا ہے جے مینوں بچایا ہے تے موڑ اگوں منی جے ہی نا گل کتھے آئی ہے مالک ہے اج پابندی ایڈی وڈی کیوں ہے ویکھی نا راج کھول لینا اوتھے کھڑو کے سنے نا میں تے دوہاں گھراں دا مشترکہ کمی ہاں تے ہمیشہ اوندا جاندا رہے گا مالک کی کی دے شاد ہوئے خبردار میں خالق نہیں جاندا چونکہ ساڈے گل گھر دی میں خالق نہیں چاہندا جو ساڈی گھر دی گل کمیاں تک جاوے کمیاں تک جبریل گیا حضور دا سلام کیتا درود پاک پڑھیا بعد درود و سلام دے بے نیاز خالق دا سلام درود و سلام پیش کیتا پھر جبریل نے رکا پیش کیتا یا رسول اللہ اے تیرے خالق نے رکا بھیجے تے میں نوں اجازت چونکہ میرے تے آرڈر ہے بھی تو کھلو کے سننا نہیں جبریل واپس چل گیا اللہ دے نبی نے رکا کھولیا لکھا ہے میرا سونا میرا میٹھا میرا پیارا میرا بلائل دی زلفاں والا میرا کالی کملی والا میرا سونا تے بہت سونا محبوب میں کائنات تیرے صدقے چ بنائی تیری نالائن دس تے تو ہوں جا تے اداس ہوں میں تے پتہ ہی میرے تے کیا گزر دی تے گل ہی کوئی نہیں تے تو گھر چ بیٹھا ہوا ایڈا اداس ہو گیا کوئی گل ہی کوئی نہیں تے ایڈا اداس وہ بھی بیٹی دے رشتے واسطے جبکہ یہ کام تیرا ہے ہی نہیں یہ کام تیرا ہے ہی نہیں تا میرا کام ہے تینوں کیا فکر انہوں مقام دیتا ہے میں انہوں عزت دیتی ہے میں انہوں رتبہ دیتا ہے میں او دے استقبال واسطے اٹھن واسطے تینوں حکم دیتا ہے میں او دا رشتہ جانے تے میں خالق جانا تے جے زیادہ ہی پریشان ہے تے میں او دا رشتہ تے کر چھوڑے آئے ایو جے شیراں تے دادا نہیں مل دیا صرف سنن دی دعوت دیونی پم دیئے تو سب بندے ہی بڑے سیاح ہی نے تم تو کچھ آخر کی لوڑ ہی کوئی نہیں میرا سونا میں تیری بیٹی کا رشتہ طے کر چھوڑیا ہے تیری دختر نیک اختر دا میں رشتہ طے کر چھوڑیا ہے تے رہ گئی گل تیری جو تو دھی دا پیو ہے تیری تصدیق ضروری ہے تیری تسلی ضروری ہے مگر نہ میں تیرے نالو آپ ذمہ داری ڈھیر سمجھتا مگر تیرا ہونا ضروری ہے تیری تصدیق ضروری ہے تیری تسلی ضروری ہے چونکہ تو دھی دا پیو ہے تے میں بھی جاندا میں بھی جاندا میں بھی جاندا بے نیاز خالق دا ارشاد ہوندا میرا سونا میں جاندا وڈے دھی گھراں دیاں دھیاں وڈے گھر جاندیاں وڈے گھر جاندیاں وڈے گھراں دیاں میرا سونا میں بہت ڈھیر جاندا وڈے گھراں دیاں دھیاں وڈے گھر جاندیاں وڈے گھر جاندیاں دھیاں سکھی ہون ماپیاں نوں نیند آؤندیاں سکھی نیند آؤندیاں میری من لے توں سونا میٹھا میری من لے توں بیٹی دے رشتے لئی میری من لے تو بیٹی دے رشتے لئی آ آ آ جا عرشاں تے ویکھ گھر بار علی دا مہربانی آ جا عرشاں تے ویکھ گھر بار علی دا گھر بار علی دا ویکھ گھر بار علی دا تے میرے محبوبا گھر تو پسند کر لے باقی ہر گلوں میں ہاں ذمہ وار علی دا مہربان بہت شکریہ بہت شکریہ یہ ہے میری اپنی پسند ہوں میں ایک قصیدہ میں شروع کروں اپنی پسند تے نہ تہاڈی پسند
ਇੱਕ ਕਸੀਦਾ ਸ਼ੁਰੂ ਕਰੋ। ਇਹ ਹੈ ਮੇਰੀ ਆਪਣੀ ਪਸੰਦ ਦਾ ਕਸੀਦਾ ਜਿਹੜਾ ਮੈਂ ਪੜ੍ਹ ਲਿਆ, ਹੁਣ ਮੈਂ ਤੁਹਾਡੀ ਪਸੰਦ ਦਾ ਕਸੀਦਾ ਇੱਕ ਸ਼ੁਰੂ ਕਰਦਾ ਪਿਆ। ਅਤੇ ਕਾਬੂ ਹੋ ਪਵੇ ਆ ਜਿਹੜੇ ਬੰਦੇ ਕਦੇ ਨਹੀਂ ਨੇ ਬੋਲੇ, ਮੈਂ ਦਾਦ ਖੋ ਲਵਣੀ ਹੈ। ਤੁਹਾਨੂੰ ਪਤਾ ਹੀ ਕੋਈ ਨਹੀਂ ਲੱਗਣਾ, ਜੇ ਦਾਦ ਮੈਂ ਮੰਗ ਕੇ ਲਵਾਂ ਤਾਂ ਤੁਹਾਨੂੰ ਪਤਾ ਲੱਗ ਜਾਵੇ ਮੁੜ ਮੈਂ ਸ਼ਹਿਦਾਂ ਦੇ ਦਰ ਦਾ ਗਦਾਗਰ ਮੰਗਤਾ ਫਕੀਰ ਮੁਹਾਜਿਰ ਕਿਹਾ ਹੋਇਆ। ਅੱਜ ਆਖ ਕੇ ਬੰਦਾ ਦਾਦ ਲਵੇ, ਆਖਣਾ ਕੋਈ ਨਹੀਂ, ਮੁਹੱਬਤ ਅਲੀ ਦੀਆਂ, ਇਸ਼ਕ ਅਲੀ ਦੀਆਂ, ਮਸਤੀ ਅਲੀ ਦੀਆਂ, ਈ ਜ਼ਿਕਰ ਦੀ ਮਸਤੀ 'ਚ ਮਸਤ ਹੋ ਕੇ ਇਹਦੀ ਮਸਤੀ ਦੀਆਂ ਮੈਂ ਸ਼ਰਾਰਤਾਂ ਕਰਨੀਆਂ ਨੇ। ਦੂਜੇ ਲਫ਼ਜ਼ਾਂ ਦੇ ਵਿੱਚ ਮੁਹੱਬਤ ਅਲੀ ਦੀ ਮਸਤੀ ਦੀਆਂ ਕੁਤਕਾਲੀਆਂ ਤੁਹਾਨੂੰ ਕੱਢਣੀਆਂ ਨੇ ਵੀ ਤੁਸੀਂ ਹਾਸੀ ਪਾਓ, ਰਾਜ਼ੀ ਹੋ ਜਾਓ ਜ਼ਿਕਰ ਅਲੀ 'ਚ। ਤੁਹਾਡੇ ਇਲਾਕੇ 'ਚ ਕਿਸ ਦਿੰਦੇ ਨੇ ਫਰਕ ਤਾਂ ਇਹੋ ਸੀਨ ਤੇ ਸ਼ੀਨ ਦਾ, ਉਹਦੇ ਤੇ ਤਰਾਏ ਨੁਕਤੇ ਨੇ, ਇਹਦੇ ਤੇ ਨੁਕਤੇ ਹਨ ਕੋਈ ਨਾ। ਆਹ ਜਿਹੜੀ ਕ੍ਰਿਕਟ ਨੇ ਨਾ, ਇਹ ਮੈਂ ਤਾਂ ਬੜਾ ਹੈਰਾਨ ਹੋਇਆ ਵਾ ਨਾ, ਮੈਂ ਅੱਗੇ ਨਾ ਸੁਬੇ ਤਾਂ ਹੁਣ ਮੈਂ ਥੋੜ੍ਹਾ ਜਿਹਾ ਗੌਰ ਕਰਕੇ ਵੇਖਣਾ ਵੀ ਕਮਾਲ ਹੈ, ਵੀ 12 ਕੁੱਟਣ ਵਾਲੇ ਤੇ ਤਰਾਏ ਕੁੱਟੀ ਜਾਣਾ, ਕਮਾਲ ਹੈ। ਮੈਨੂੰ ਤਾਂ ਕੁਛ ਸਮਝ ਬਈ ਹੱਦ ਹੋ ਗਈ, ਉਹਨਾਂ 'ਚ ਇੱਕ ਡੇਗ ਪਵੇ ਤਾਂ ਵੀ, ਤੇ ਜੇ ਤ੍ਰੀਏ ਲੱਗੇ ਜਾਵਣ ਕਮਾਲ ਹੋ ਗਏ, ਵੀ ਇਹ ਤਰਾਏ ਉਹ ਡੰਡੇ 'ਚ ਨਹੀਂ ਖੜੇ ਹੁੰਦੇ, ਕਮਾਲ ਹੈ ਬਈ। ਇਹ ਤਾਂ ਮੈਨੂੰ ਤਾਂ ਸਮਝ ਇਹਨਾਂ ਖੇਡਾਂ ਦੀ ਮੈਨੂੰ ਸਮਝ ਨਹੀਂ ਆਉਂਦੀ, ਅਜੀਬ ਜਿਹਾ ਤਰੀਕਾ ਹੈ ਬਈ। ਨਾ ਤਰੋਂ ਨੂੰ ਸੱਟਣਾ ਹੈ, ਜੇ ਸੱਟ ਲਿਆ ਉਹ ਪਾਸ, ਹੇ ਰੱਬ ਦੀ ਦੁਨੀਆ ਤੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਦੀ। ਬਹੁਤ ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਦੀ, 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 ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਨ, ਹੇ ਰੱਬ ਦੀ ਦੁਨੀਆ ਤੇ ਸਰਦਾਰੀ। ਖਲੋਵੋ 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 ਜ਼ਰਾ, ਬਹੁਤ ਬੜੀ ਮਿਹਰਬਾਨੀ, ਬਹੁਤ ਬੜੀ ਮਿਹਰਬਾਨੀ। ਮੈਂ ਆਖਣਾ ਕਿਸੇ ਨੂੰ ਕੋਈ ਨੀ, ਗੱਲ ਨੂੰ ਆਪੇ ਕਰਨਾ। ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਦੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਦੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਦੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਦੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸੈਦਾਦੀ। ਖੁਸ਼ੀ ਵਿੱਚ ਜੁਹਾ, ਖੁਸ਼ੀ ਵਿੱਚ ਜਿੱਦ ਕਰਕੇ ਗੰਭੀਰਾ ਲੈਂਦਾ, ਜਿਹੜੀ ਸ਼ੇਰਾ ਲੈਂਦਾ ਨੀ ਕੰਮੀਰਾ ਲੈਂਦਾ, ਨਬੀ ਜਾਂ ਦੇ ਪੁੱਤਰਾਂ ਦੀ ਬਣਿਆ ਸਵਾਰੀ ਉਹਦੇ ਨਾਲ ਕੂਫੇ ਦੇ ਕੰਮੀਰਾ ਲੈਂਦਾ, ਹੇ ਰੱਬ ਦੀ ਦੁਨੀਆ
ਮਿਹਰਬਾਨੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ। ਇੱਕ ਦੂਜੇ ਨਾਲ ਗੱਲਾਂ ਹੀ ਕਰ ਲਓ, ਇੱਕ ਦੂਜੇ ਨੂੰ ਸਮਝਾ ਹੀ ਲਓ ਤੇ ਮੇਰੀ ਨੌਕਰੀ ਸੁਣਦੇ ਰਹੋ। ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸਦਾ ਦੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸਦਾ ਦੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸਦਾ ਦੀ। ਸਵਾਰੀ ਉਂਦੇ ਨਾਲ ਕੂਫੇ ਦੇ ਕੰਮੀ ਰਲੈਂਦਾ। ਹੇ ਫਿਤਰਤੀ ਗੱਲ ਨਾ ਔਰਤਾਂ ਦੀ, ਇਹ ਸ਼ਰਾਰਤ ਤੂੰ ਸ਼ਰਮਾਂਦੀਆਂ ਨਹੀਂ। ਉਹ ਕਤਾ ਮੁਕੰਮਲ ਕਰਕੇ ਦਾਦ ਵਾਲੀ ਜਗ੍ਹਾ ਖਾਲੀ ਚ ਛੋੜੀ ਹੈ। ਅਗੂ ਦੂ ਸ਼ੁਰੂ ਕਰ ਲਈਏ। ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸਦਾ ਦੀ, ਹੇ ਰੱਬ ਦੀ ਦੁਨੀਆ ਤੇ ਸਰਦਾਰੀ ਸਦਾ ਦੀ। ਇਹ ਫਿਤਰਤੀ ਗੱਲ ਇਹਨਾਂ ਔਰਤਾਂ ਦੀ, ਇਹ ਸ਼ਰਾਰਤ ਤੂੰ ਸ਼ਰਮਾਉਂਦੀਆਂ ਨਹੀਂ। ਜੇ ਭਾਈਆਂ ਵਿੱਚ ਇਤਫਾਕ ਹੋਵੇ, ਇਹ ਬਿਲਕੁਲ ਮੁਤਲਕ ਚਾਹੁੰਦੀਆਂ ਨਹੀਂ। ਜੇ ਲੋਈ ਹਈਆ ਦੀ ਲਹਾ ਦੇਵੇਂ, ਇਹ ਘਰ ਨਬੀਆਂ ਦੇ ਬਾਂਧੀਆਂ ਨਹੀਂ ਜੀ। ਅਲੀ ਜੀ ਨਾਜ਼ਰ ਢੇਰ ਹੋਵੇ, ਭਰ ਜਾਈਆਂ ਲੜਨ ਤੁਰਾਂਦੀਆਂ ਨਹੀਂ। ਹੇ ਰੱਬ ਦੀ ਦੁਨੀਆ ਤੇ ਮਜਲਿਸ ਦੀ ਸੈਟਿੰਗ ਠੀਕ ਹੋ ਗਈ, ਸੁਣਨ ਵਾਸਤੇ ਮਜਮੇ ਦਾ ਮੂਡ ਠੀਕ ਹੋ ਗਿਆ, ਦਾਦਾ ਦੇਵਣ ਵਾਸਤੇ ਹੁਣ ਆਪਣੇ ਆਪ ਨੂੰ ਨਾ ਤਿਆਰ ਕਰ ਲਿਆ, ਬਿਲਕੁਲ ਫਿੱਟ ਹਨ। ਹੁਣ ਜਿਹੜਾ ਪੜਸੀ ਇਹ ਫਿੱਟ ਸੁਣ ਸੀ, ਇਤਨੇ ਤਾਈਂ ਗੱਲ ਔਖੀ ਆਈ ਜਿਹੜੀ ਮੈਂ ਨਿਭਾ। ਮਤਲਬ ਇਹ ਬਾਈ 150 ਰਨਸ ਮੈਂ ਬਣਾ ਲਿਆ। ਅਤੇ ਹੁਣ ਉਹ ਟਾਰਗੇਟ ਉਹਨਾਂ ਦਿੱਤਾ ਹੈ 250 ਦਾ। ਹੁਣ ਬਾਕੀ 26 ਰਨਸ ਸਾਰੇ ਚਾਹੀਦੇ ਨੇ, ਅਤੇ ਸਾਰਾ ਦਿਨ ਅਤੇ ਸਾਰੀ ਰਾਤ ਹੈ। ਚਲੋ ਜੇ ਤੂੰ ਆਖਿਆ ਹੈ ਤਾਂ ਮੁੜ ਇਵੇਂ ਇੱਕ ਦੋ ਛੱਕੇ ਮਰੇ ਨੇ। ਇਸ ਇਸ਼ਾਰਾ ਕੀਤਾ ਹੈ ਵੀ ਆਓ ਸਾਈਡ ਖਾਲੀ ਹੈ। ਉਤਨਾ ਕੁ ਬੋਲੋ ਜਿਤਨਾ ਸਹਿ ਜਾਓ। ਹਾਲੇ ਮੈਂ ਤਾਂ ਵੇਖ ਕਿਹੜੇ ਵੇਲੇ ਦਾ ਪੜ੍ਹਨ ਲੱਗਾ ਤੇ ਕਿਤਨਾ ਕੁ ਪੜ੍ਹਦਾ। ਤੁਸੀਂ ਇਸ ਤੋਂ 3 ਘੰਟੇ ਪਹਿਲੇ ਪੜ੍ਹ ਆਏ, ਮੇਰਾ ਮੁੜ ਵੀ ਐਸਾ ਤੇ ਆ ਵੇਖ ਮੈਂ ਮਜਲਿਸ ਦਾ ਰੂਪ ਕਿਹੋ ਜਿਹਾ ਬਣਾ ਦਿੱਤਾ ਹੈ। ਇਹ ਤੇਰੇ ਕੋਲ 4 ਵਜੇ ਤਾਈਂ ਨਾ ਹੀ ਬਣ ਜਾਣ। ਫਕੀਰਾਂ ਦੇ ਖੇਡਾਂ ਹੀ ਹੋਰ ਆਉਂਦੀਆਂ ਨੇ। ਠੀਕ ਹੈ, ਜੰਗ ਵਾਲਿਆਂ ਕੋਲ ਇਨਸਾਫ ਚਾਸਾਂ। ਚਲੋ ਹਿਕਾਰੀ ਹੋਰ ਆ
بسم اللہ خیران سیدہ دے دیا خیر بسم اللہ بسم اللہ بسم اللہ خیر بڑا خوش قسمت آما ہے سردار زادہ تشریف لایا ہے سید شاہ اللہ وسدے روان الہی آمین سادات دے منن والے دی خیر ہوے الہی آمین سادات دے دشمن برباد ہون پڑھنا میں بابا سرکار مینوں کم از کم میں گھنٹے دے نیڑے لگ گیا تے پردائی میں پیا بھائی جڑے ویلے میں مجلس شروع کیتی ہے اس لیے تقریباً تقریباً کوئی 15-16 بندے آئے ہن مجمع فیٹے تے سٹے ہا چلو جڑے بابا سرگام بادشاہ صاحب آ گئے کر مرسی آ چلو جی کرا جی کسی کا موڑ نہ ہو پکاؤ لانتی واہ واہ جیڑی دیونی ہوندی نی انج کول ہو کے واہ 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 ای اوکھی میں موڑا دا مگر اینو روکو اے بڑی کرخت داد پہ دیندا ہے میرے جے بندے واسطے بڑی نفیس داد ہونی چاہیے تے نفیس داد واسطے نفیس روح ہونا چاہیے تو تا میزبان ہے تیرے تو میں شکر گزار ہے پکا او لانتی اے او 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 پکا او لانتی ہے کیڑا ہووے کمینی دا تے ہووے کمینی دا تے بڑبنجے ہو سدا تے زہرا بی بی زہرا بہت مہربان دو شہزادن سیر واسطے ٹورے وڈے شہزادے نے چھوٹے شہزادے نو ارشاد فرمایا ویر پیاس لگی ہے پانی چاہیے چھوٹا عرض کریں گلیں دے سفر کردے کردے ایک جگہ تے گئے جتھے ایک ککھاں کانیاں دا نور محل نظر آیا چھوٹے شہزادے نے پانی دی صدا دیتی اس ککھاں کانیاں دے محل دے وچوں ایک 80 سالہ ضعیفہ باہر آئی 80 سالہ ضعیفہ نے شہزادیاں نو پیراں تو لے کے سر دے والاں تک ڈٹھا تے اپنے آپ نو آدھیے ای ہو جے سونے شہزادے میں اگے ڈٹھے کلا بلا بلاؤ نے سہرا دی جی بسم اللہ جی بسم اللہ شہزادے بسم اللہ حکم ضعیفہ پانی ملوے سی
ਜੀ ਮੈਂ ਹਾਜ਼ਰ ਕਰਨੀ ਆ। ਜ਼ੈਫਾ ਆਪਣੇ ਨੂਰ ਮਹੱਲ ਚ ਦਾਖਲ ਹੋਈ, ਆਪਣੇ ਮਹੱਲ ਚ ਦਾਖਲ ਹੋਈ, ਕੱਖਾਂ ਕਾਨਿਆਂ ਦੇ ਮਹੱਲ ਚ ਦਾਖਲ ਹੋਈ। ਪਿਆਲਾ ਪਾਣੀ ਦਾ ਭਰਿਆ, ਛੋਟੇ ਸ਼ਹਿਜ਼ਾਦੇ ਹੱਥਾਂ 'ਤੇ ਰੱਖਿਆ, ਛੋਟੇ ਸ਼ਹਿਜ਼ਾਦੇ ਨੇ ਵੱਡੇ ਸ਼ਹਿਜ਼ਾਦੇ ਨੂੰ ਪਾਣੀ ਪੇਸ਼ ਕੀਤਾ, ਵੱਡੇ ਸ਼ਹਿਜ਼ਾਦੇ ਨੇ ਪਾਣੀ ਪੀਤਾ, ਪਾਣੀ ਪੀ ਕੇ ਖਾਲੀ ਪਿਆਲਾ ਛੋਟੇ ਸ਼ਹਿਜ਼ਾਦੇ ਦੇ ਹੱਥਾਂ 'ਤੇ ਰੱਖਿਆ, ਛੋਟੇ ਸ਼ਹਿਜ਼ਾਦੇ ਨੇ ਖਾਲੀ ਪਿਆਲਾ ਫਿਰ ਜ਼ੈਫਾ ਦੇ ਹੱਥਾਂ 'ਤੇ ਰੱਖਿਆ ਅਤੇ ਫਰਮਾਇਆ, ਜ਼ੈਫਾ ਪਾਣੀ ਹੋਰ ਮਿਲ ਗਿਆ ਸੀ? ਜੀ ਨਹੀਂ। ਜ਼ੈਫਾ ਆਪਣੇ ਮਹੱਲ 'ਚ ਦਾਖਲ ਹੋਈ, ਫਿਰ ਪਾਣੀ ਦਾ ਪਿਆਲਾ ਭਰਿਆ, ਛੋਟੇ ਸ਼ਹਿਜ਼ਾਦੇ ਦੇ ਹੱਥਾਂ 'ਤੇ ਰੱਖਿਆ, ਛੋਟੇ ਸ਼ਹਿਜ਼ਾਦੇ ਨੇ ਪਾਣੀ ਨੋਸ਼ ਫਰਮਾਇਆ ਪੀਤਾ, ਅਤੇ ਖਾਲੀ ਪਿਆਲਾ ਜ਼ੈਫਾ ਦੇ ਹੱਥਾਂ 'ਤੇ ਰੱਖਣ ਤੋਂ ਪਹਿਲੇ ਸ਼ਹਿਜ਼ਾਦੇ ਫਰਮਾਇਆ, ਜ਼ੈਫਾ ਕੁਝ ਮੰਗ। ਜੋ ਸ਼ਹਿਜ਼ਾਦੇ ਫਰਮਾਇਆ ਨਾ, ਜ਼ੈਫਾ ਕੁਝ ਮੰਗ। ਜ਼ੈਫਾ ਨੇ ਜ਼ਮੀਨ ਤੋਂ ਦੇਖਣਾ ਸ਼ੁਰੂ ਕੀਤਾ ਅਤੇ ਪੈਰ ਨਾਲ ਜ਼ਮੀਨ 'ਤੇ ਲੀਕੇ ਮਾਰਨੇ ਸ਼ੁਰੂ ਕੀਤੇ ਅਤੇ ਆਪਣੀ ਕਿਸਮਤ 'ਤੇ ਅਫਸੋਸ ਕਰਨਾ ਸ਼ੁਰੂ ਕੀਤਾ, ਕਾਸ਼ ਇਹ ਸ਼ਹਿਜ਼ਾਦੇ ਕੁਝ ਮੁੱਦਤ ਪਹਿਲੇ ਆਉਂਦੇ ਅਤੇ ਮੈਨੂੰ ਜੋ ਚਾਹੀਦਾ ਹੈ ਮੈਂ ਉਹ ਮੰਗਦੀ, ਯਕੀਨਨ ਮੈਨੂੰ ਮਿਲ ਪੈਂਦਾ। ਇਹ ਆਏ ਉਹ ਵੇਲੇ ਹਨ, ਹੁਣ ਮੈਂ ਕੋ ਮੰਗਦੇ ਸ਼ਰਮ ਆਉਂਦੀ, ਕਿਵੇਂ ਮੰਗਾਂ ਅਤੇ ਕਿਆ ਮੰਗਾਂ? ਸ਼ਹਿਜ਼ਾਦਾ ਜ਼ੈਫਾ ਤੋਂ ਦੇਖ ਕੇ ਮੁਸਕੁਰਾ ਕੇ ਫਰਮਾਇਆ, ਜ਼ੈਫਾ ਸੋਚੀ ਨਹੀਂ ਪਵੇਂਦਾ, ਪੁੱਤਰ ਚਾਹੀਦਾ ਹੈ। ਬੁਲਾਓ ਮੌਲਾ ਬਾਣੀ ਮਜਲਿਸ ਦੀ ਤਮਾਮ ਨੌਕਰੀ ਵਾਦੀ ਦੇ ਸ਼ਮਾਰ ਫਰਮਾਵੇ, ਤੁਸਾਂ ਅਸਾਂ ਸਾਰਿਆਂ ਦੀ ਨੌਕਰੀ ਮੇਰੀ ਸਹਿਣ ਕਬੂਲ ਮਨਜ਼ੂਰ ਫਰਮਾਵੇ। ਜ਼ੈਫਾ ਪੁੱਤਰ ਚਾਹੀਦਾ ਹੈ। ਜ਼ੈਫਾ ਦੀ ਹੈਰਾਨੀ ਹੋਰ ਵੱਧ ਗਈ, ਆਪਣੇ ਆਪ ਨੂੰ ਆਦੀ, ਮੈਂ ਤਾਂ ਦਿੱਲੀ 'ਚ ਗੱਲ ਕੀਤੀ ਹੈ ਵੀ ਮੈਂ 80 ਸਾਲਾ ਜ਼ੈਫਾ, ਮੇਰਾ ਸ਼ੌਹਰ 120 ਸਾਲ ਦਾ, ਅਤੇ ਮੈਂ ਅਤੇ ਪੁੱਤਰ ਅਤੇ ਉਹ ਦਿਲ ਦੀ ਗੱਲ ਹੀ ਸੁਣ ਲਈ ਸੀ। ਜ਼ੈਫਾ ਇਤਨੀ ਗੱਲ ਕੀਤੀ ਹੈ, ਸ਼ਹਿਜ਼ਾਦਾ ਫਰਮਾਇਆ, ਜ਼ੈਫਾ ਮੈਂ ਪੁੱਤਰ ਤੈਨੂੰ ਡੇ ਛੋੜਿਆ। ਜ਼ੈਫਾ ਦੀ ਹੈਰਾਨੀ ਹੋਰ ਵੱਧ ਗਈ, ਪੁੱਤਰ ਮੈਨੂੰ ਡੇ ਛੋੜਿਆ, ਮੈਨੂੰ ਪੁੱਤਰ? ਨਾ ਕੋਈ ਤਵੀਜ਼, ਨਾ ਕੋਈ ਦੁਆ, ਨਾ ਕੋਈ ਤਵੀਜ਼, ਨਾ ਕੋਈ ਧਾਗਾ। ਸ਼ਹਿਜ਼ਾਦਾ ਫਰਮਾਇਆ, ਤੂੰ ਜਾਣਦੀ ਨਾ, ਮੈਂ ਕੋ ਨਾਮੁਮਕਿਨ ਕੋ ਮੁਮਕਿਨ ਬਣਾਉਂਦੇ ਲੁਤਫ ਆਉਂਦਾ ਹੈ। ਮੈਂ ਕੋ ਨਾਮੁਮਕਿਨ ਕੋ ਮੁਮਕਿਨ ਬਣਾਉਂਦੇ ਲੁਤਫ ਆਉਂਦਾ ਹੈ। ਇਹੋ ਜਿਹੜਾ ਪਿਆਲਾ ਹੈ ਨਾ, ਇਹਦੇ 'ਚ ਪਾਣੀ ਪਾ ਕੇ ਪੀਵੇ ਚਾ। ਸਾਲ ਬਾਅਦ ਤੇਰੇ ਕੋਲ ਪੁੱਤਰ ਸੀ। ਜ਼ੈਫਾ ਦੀ ਸ਼ਹਿਜ਼ਾਦਾ ਮੈਂ ਹੈਰਾਨ ਹਾਂ, ਪਿਆਲਾ ਮੇਰੇ ਘਰ ਦਾ ਹੈ, ਮੈਂ ਹਮੇਸ਼ਾ ਇਹਦੇ 'ਚ ਪਾਣੀ ਪੀਂਦੀ ਰਹਿੰਦੀ ਹਾਂ, ਕੋ ਅੱਜ ਨਵਾਂ ਤਾਂ ਨਹੀਂ? ਸ਼ਹਿਜ਼ਾਦਾ ਫਰਮਾਇਆ, ਪਿਆਲਾ ਹੁਣ ਨਵਾਂ ਹੋ ਗਿਆ, ਚੁੱਕੇ ਇੱਕ ਤੌਹੀਦ ਨਵਾਜ਼ ਦੇ ਲੱਭਾਂ ਨੇ ਮਸਕ। ਇਹ ਆਮ ਪਿਆਲਾ ਨਹੀਂ ਹੈ, ਇੱਕ ਤੌਹੀਦ ਨਵਾਜ਼ ਦੇ ਲੱਭਾਂ ਨੇ ਮਸ ਕਰ ਲਿਆ। ਸ਼ਹਿਜ਼ਾਦਾ ਪੁੱਤਰ ਮੈਨੂੰ ਮਿਲ ਗਿਆ ਸੀ, ਯਕੀਨਨ ਮਿਲ ਗਿਆ ਹੈ। ਸ਼ਹਿਜ਼ਾਦਾ ਤੂੰ ਕੌਣ ਹੈ, ਤੇਰਾ ਨਾਂ ਕਿਆ ਹੈ, ਤੂੰ ਕਿੱਥੇ ਰਹਿੰਦਾ ਹੈ? ਸ਼ਹਿਜ਼ਾਦਾ ਫਰਮਾਇਆ, ਜ਼ੈਫਾ ਤੈਨੂੰ ਖਾਲਿਕ ਪੁੱਤਰ ਨਹੀਂ ਸੀ, ਕੁਝ ਅਰਸਾ ਉਹਦੀ ਖਿਦਮਤ ਕਰਾਏ, ਨੌਕਰੀ ਕਰਾਏ, ਉਹਨੂੰ ਸੰਭਾਲਿਆ ਹੈ। ਸੰਭਾਲਣ ਦੇ ਬਾਅਦ ਮਦੀਨਾ ਮੁਹੰਮਦ ਪੁੱਛ ਲਵਾਏ, ਮੁਹੱਲਾ ਬਣੀ ਹਾਸ਼ਿਮ ਪੁੱਛ ਲਵਾਏ, ਹੁਸੈਨ ਦਾ ਘਰ ਪੁੱਛ ਲਵਾਏ, ਪੁੱਤ ਨੂੰ ਚਾਹ ਕੇ ਮੇਰੇ ਦਰਵਾਜ਼ੇ 'ਤੇ ਗਿਣ ਆਵੇ, ਅਕਾਮਤ ਮੈਂ ਆਪ ਅਕਸਾਂ, ਅਜ਼ਾਨ ਮੈਂ ਆਪ ਅਕਸਾਂ, ਤੇਰੇ ਪੁੱਤਰ ਦਾ ਨਾਮ ਮੈਂ ਆਪ ਰੱਖਸਾਂ। ਸ਼ਹਿਜ਼ਾਦੇ ਹਸਨੈਨ ਸ਼ਰੀਫ ਐਨ ਤੁਰ ਗਏ, ਇਹ ਜ਼ੈਫਾ ਅਤੇ ਜ਼ੈਫ ਵੱਸ ਪਏ, ਇਹਨਾਂ ਨੂੰ ਖਾਲਿਕ ਪੁੱਤਰ ਦੇ ਦਿੱਤਾ। ਕੁਝ ਅਰਸੇ ਦੇ ਬਾਅਦ ਤਿਆਰੀ ਕੀਤੀ, ਮਦੀਨਾ ਮਿਲ ਗਿਆ, ਮੁਹੱਲਾ ਬਣੀ ਹਾਸ਼ਿਮ ਮਿਲ ਗਿਆ, ਹੁਸੈਨ ਦਾ ਦਰ ਮਿਲ ਗਿਆ। ਹੁਸੈਨ ਦੇ ਕਦਮਾਂ 'ਤੇ ਨੂਹਾਂ ਮੀਆਂ ਬੀਵੀ ਨੇ ਸਜਦਾ ਕੀਤਾ, ਇਸ਼ਕ ਦਾ ਸਜਦਾ ਕੀਤਾ, ਕਦਮ ਚੁੰਮੇ। ਜ਼ੈਫ ਮਹਿਮਾਨ ਖਾਨੇ ਬਹਿ ਗਿਆ, ਅੱਗੇ ਅੱਗੇ ਹੁਸੈਨ, ਪਿੱਛੇ ਪਿੱਛੇ ਜ਼ੈਫਾ, ਪੁੱਤਰ ਚ ਆਇਆ ਹੋਇਆ ਹੈ। ਹੁਸੈਨ ਟੁਰਦਾ ਟੁਰਦਾ ਆਦੀ ਭਈਵਾਲ ਭੇਣ ਦੇ ਕੋਲ ਆ ਖੜਾ। ਆਦੀ ਭਈਵਾਲ ਭੇਣ ਜਲਦੀ ਨਾਲ ਉੱਠੀ, ਫਿਰਾ ਦੇ ਗੱਲ 'ਚ ਬਾਈ ਪਾ ਕੇ, ਅਤੇ ਹੁਸੈਨ ਤੇਰਾ ਮੁਸਕੁਰਾਵਣ ਦੱਸਿੰਦਾ, ਭਾਵੇਂ ਤਾਂ ਉਹ ਆ ਗਿਆ। ਬਲਾ ਉਹਨੇ ਸਹਿਰਾਜੀ ਹੁਣ ਹੁਸੈਨ ਤੇਰਾ ਮੁਸਕੁਰਾਵਣ ਦੱਸਿੰਦਾ, ਭਾਵੇਂ ਤਾਂ ਉਹ ਆ ਗਿਆ, ਹਾਂ ਭੇਣ ਆ ਗਿਆ। ਜ਼ੈਫਾ ਦੇ ਹੱਥਾਂ ਤੋਂ ਜ਼ੈਫਾ ਦਾ ਪੁੱਤਰ ਲਿਆ, ਅਕਾਮਤ ਆਖੀ, ਅਜ਼ਾਨ ਆਖੀ, ਸ਼ਬੀਰ ਨੇ ਹੱਥਾਂ 'ਤੇ ਚਾਇਆ ਜ਼ੈਫਾ ਦਾ ਪੁੱਤਰ, ਅਤੇ ਭੇਣ ਤੋਂ ਦੇਖ ਕੇ ਦਿਨ ਹੈ, ਭੇਣ ਦਾ ਨਾਂ ਕਿਆ ਰੱਖਾਂ? ਭੇਣਾ ਦੀ ਉਹ ਰੱਖ ਚਾ ਜਿਹੜਾ ਸਦੇ ਦਾ ਬੰਦਾ ਹੈ, ਉਹ ਰੱਖ ਚਾ ਜਿਹੜਾ ਸਦੇ ਦਾ ਬੰਦਾ ਹੈ। ਸ਼ਬੀਰ ਜ਼ੈਫਾ ਦੇ ਹੱਥਾਂ 'ਤੇ ਉਹਦਾ ਪੁੱਤਰ ਰੱਖ ਕੇ ਫਰਮਾਇੰਦੇ ਨੇ, ਮਾਈ ਮੈਂ ਹੁਸੈਨ, ਮੈਂ ਤੇਰੇ ਪੁੱਤਰ ਦਾ ਨਾਂ ਹੋਰ ਰੱਖ ਚਾ। ਮੈਂ ਤੇਰੇ ਪੁੱਤਰ ਦਾ ਨਾਂ ਹੋਰ ਰੱਖ ਚਾ। ਜਦੋਂ ਦਿਲ ਕਰੇ, ਜਿਹੜੇ ਵੇਲੇ ਦਿਲ ਕਰੇ ਉਸ ਵੇਲੇ ਰੋ ਪਵਾਏ, ਜ਼ਰੂਰੀ ਨਹੀਂ ਜੋ ਹਰ ਵੇਲੇ ਬੰਦਾ ਰੋਂਦਾ ਰਹੇ, ਨਹੀਂ ਦਿਲ ਮੰਨੇ ਤਾਂ। ਮੈਂ ਤੇਰੇ ਪੁੱਤਰ ਦਾ ਨਾਂ, ਮੈਂ ਹੁਸੈਨ ਹਾਂ, ਮੈਂ ਤੇਰੇ ਪੁੱਤਰ ਦਾ ਨਾਂ ਹੋਰ ਰੱਖ ਛੋੜਿਆ। ਇਹ ਘਰ 'ਚ ਰਹੇ, ਲੰਗਰ ਖਾਂਦੇ ਰਹੇ, ਦਵਾਈ ਖਿੰਦੇ ਰਹੇ, ਕਈ ਵੇਲੇ ਹੁਸੈਨ ਕੋਲ ਗੁਜ਼ਰਿਆ ਅਤੇ ਫਰਮਾਵੇ, ਜ਼ੈਫਾ ਤੂੰ ਕੁਝ ਝਿਣਕੇ ਨਾ,
ਕਈ ਵੇਲੇ ਕੋਲੋਂ ਗੁਜ਼ਰਨਾ ਤਾਂ ਫਰਮਾਵਣਾ ਜ਼ਈਫਾ ਇਹਦੀ ਖਿਦਮਤ ਠੀਕ ਕਰੇ, ਕਈ ਵੇਲੇ ਕੋਲੋਂ ਗੁਜ਼ਰਨਾ ਤਾਂ ਫਰਮਾਵਣਾ ਜ਼ਈਫਾ ਇਹਦੀ ਪਰਵਰਿਸ਼ ਠੀਕ ਕਰੇ, ਕਈ ਵੇਲੇ ਕੋਲੋਂ ਗੁਜ਼ਰਨਾ ਤਾਂ ਫਰਮਾਵਣਾ ਜ਼ਈਫਾ ਇਹਨੂੰ ਡਾਂਟੇ ਨਾ, ਉੱਚਾ ਨਾ ਬੋਲੇ, ਜਿਨਕੀ ਨਾ, ਮੇਰਾ ਦਿਲ ਦੁਖੀ, ਇਹਦੇ ਨਾਲ ਬੜਾ ਪਿਆਰ ਕਰੇ। ਜ਼ਈਫਾ ਤੇ ਜ਼ਈਫ ਨੇ ਤਿਆਰੀ ਕੀਤੀ, ਉੱਥਾਂ ਆਖੜਾ ਹੁਸੈਨ ਜਿੱਥਾਂ ਹਰ ਗਦਾਗਰ ਕੁਛ ਛੋੜਨ ਆਉਂਦਾ ਹੈ, ਇਹ ਸਜਦਾ ਸਲਾਮ ਕਰਕੇ ਦੂਵੇਂ ਮੀਆਂ ਬੀਬੀ ਤੁਰ ਪਏ, ਚਾਰ ਕਦਮਾਂ ਤੇ ਗਏ ਤੇ ਹੁਸੈਨ ਸੱਡ ਮਾਰਿਆ ਹੈ, ਪੁੱਤਰ ਦੀ ਮਾਂ ਹੋਰ ਜੈਸੇ ਪੁੱਤਰ ਦੀ ਮਾਂ ਜੀ ਆਕਾ, ਵਸਾਇਆ ਤਾਂ ਤੈਂ। ਸ਼ਬੀਰ ਫਰਮਾਉਂਦੇ ਜਿਵੇਂ ਵਸ ਪਈ ਨਾ, ਮੈਂ ਜਿਹੜੀਆਂ ਘਰ ਗੱਲਾਂ ਕਰਦਾ ਰਿਹਾ ਉਹ ਯਾਦ ਰੱਖੇ ਨਾ ਰੱਖੇ ਤੇਰੀ ਮਰਜ਼ੀ, ਮੈਂ ਜੰਗ ਦੇ ਇਲਾਕੇ ਦੇ ਮਿਜ਼ਾਜ ਦੇ ਮੁਤਾਬਿਕ ਇੱਕ ਲਫ਼ਜ਼ ਆਖਣ ਵਾਲਾ, ਘਰ ਜਿਹੜੀਆਂ ਮੈਂ ਵਸੀਅਤਾਂ ਕੀਤੀਆਂ ਉਹ ਯਾਦ ਰੱਖੇ ਨਾ ਰੱਖੇ ਤੇਰੀ ਮਰਜ਼ੀ ਹੈ, ਮੈਂ ਆਖਰੀ ਵਸੀਅਤ ਕਰਦਾ ਪਿਆ ਈ ਪੁੱਤਰ ਕੁ ਸਾਹ ਸਾਹ ਨਾਲ ਯਾਦ ਵੀ ਬਹਿੰਦੀ ਰਵੇ ਅਤੇ ਵਸੀਅਤ ਕਰਦੀ ਰਵੇ ਵੀ ਜਿਹਦੀ ਦੁਆ ਦਾ ਜੰਮਿਆ ਹੋਇਆ ਨਾ ਤੂੰ ਆਖਰੀ ਵਾਰ ਫਰਮਾਇਆ ਹਾਈ ਯਾਦ ਰੱਖੇ ਦੌਰਾਨੇ ਸਫ਼ਰ ਕਈ ਮੁਸਾਫਿਰ ਦਾ ਰਾਹ ਨਾ ਰੋਕੇ। ਯਾਦ ਰੱਖੇ ਦੌਰਾਨੇ ਸਫ਼ਰ ਕਈ ਮੁਸਾਫਿਰ ਦਾ ਰਾਹ ਨਾ ਰੋਕੇ, ਮਤਾਂ ਦੇ ਨਾਲ ਹੁੰਦੀਆਂ ਭੇਣਾ ਹੋਣਾ। ਜ਼ਈਫਾ ਦੇ ਜ਼ਈਫ ਤੁਰ ਗਏ, ਵਸ ਪਏ, ਇਹਨਾਂ ਦਾ ਪੁੱਤਰ ਜਨੈਰ ਬਣ ਗਿਆ, ਹੁਸੈਨ ਕੋਲ ਮਦੀਨਾ ਛੁੱਟ ਗਿਆ, ਕਰਬਲਾ ਆ ਗਿਆ, ਪਾਣੀ ਬੰਦ ਹੋ ਗਿਆ, ਖੇਮੇ ਪੱਟੀ ਗਏ, ਰਾਤੀ ਤੇ ਡੀਂਹ ਗੁਜ਼ਰ ਗਏ, ਡਾਹ ਦੀ ਰਾਤ ਲਹਿ ਪਈ, ਢਲ ਪਈ ਡਾਹ ਦੀ ਰਾਤ, ਦਰਿਆ ਦਾ ਕਿਨਾਰਾ ਤੇ ਇਹੋ ਹੋਰ ਅਫਸੋਸ ਦੇ ਹੱਥ ਮਲੈਂਦਾ ਆਉਂਦਾ, ਆਪਣੇ ਆਪ ਨੂੰ ਆਧਾ ਆਉਂਦਾ, ਤੇਰੀ ਬਖਸ਼ਿਸ਼ ਨਾਮੁਮਕਿਨ ਹੈ, ਤੇਰੀ ਮਾਫ਼ੀ ਨਹੀਂ ਹੋ ਸਕਦੀ, ਤੈਂ ਉਹਨਾਂ ਕੋ ਜੰਗਲੇ ਰੁਲਾਇਆ ਹੈ ਜਿਹਨਾਂ ਕੋ ਘਰ ਚ ਟੁੱਟਣ ਦਾ ਵਲ ਨਹੀਂ, ਕਿਵੇਂ ਰਸੂਲ ਦੇ ਮੱਥੇ ਲੱਗਸੇ। ਬਸ ਮੈਂ ਦਰਿਆ ਦੇ ਕਿਨਾਰੇ 'ਤੇ ਬੈਠਾ ਹੈ ਅਤੇ ਪਾਣੀ ਨੂੰ ਹੱਥ ਲਾਵਣ ਦਾ ਇਰਾਦਾ ਕੀਤਾ ਸੀ, ਜਾਂ ਲਹਿਰਾਂ 'ਚ ਬੁੱਢੀ ਕੂਕ ਆਈ, ਹੋਰ ਖਬਰਦਾਰ ਪਾਣੀ ਤੇਰਾ ਨਹੀਂ, ਪਾਣੀ ਦੀ ਮਾਲਕਾ ਮੈਂ ਹਾਂ। ਤਰਿਪ ਕੀ ਹੈ, ਤਰਿਪ ਕਹਿੰਦੇ ਮਸਤੂਰ ਅਤੇ ਢਲੀ ਰਾਤ, ਅਤੇ ਮੇਰੇ ਨਾਲ ਹਮ ਕਲਾਮ ਕੌਣ ਮਸਤੂਰ ਹੈ, ਵਿਆਦੀ ਜਾਂਦਾ ਕਲਮਾ ਪੜ੍ਹਦਾ ਮੁਹੰਮਦ ਦੀ ਧੀਆਂ, ਪਾਣੀ ਦੀ ਮਲਕੀਅਤ ਮੇਰੀ ਹੈ, ਤੁਹਾਡੇ ਹੈਵਾਨ ਪੀਂਦੇ ਪੈਣ, ਮੇਰਾ ਅਸਗਰ ਤਸਾ ਹੈ, ਕਿਹੜਾ ਜੁਰਮ ਹਾਈ ਮੇਰੇ ਹੁਸੈਨ ਦਾ, ਜ਼ਮੀਨ ਤੇ ਟੱਕਰ ਮਾਰ ਕੇ ਕਹਿੰਦਾ ਰਸੂਲ ਦੀ ਧੀ, ਮੈਂ ਤਾਂ ਕੋਈ ਵਕੀਲ ਵਧਾ ਗੁਲੇ ਨਾ, ਮੈਂ ਤਾਂ ਕੋਈ ਸਿਫਾਰਸ਼ੀ ਵਧਾ ਗੁਲੇ ਨਾ, ਜਿਹੜਾ ਮੇਰੀ ਸਿਫਾਰਿਸ਼ ਚ ਕਰੇ ਤੇ ਮੈਨੂੰ ਹੁਸੈਨ ਮਾਫ ਚ ਕਰੇ। ਨਬੀ ਦੀ ਧੀ ਫਰਮੈਂਦੀ, ਹੋਰ ਬਛੜਾ ਹੋਰ ਬਛੜਾ ਜੀ ਸੈਣ, ਇਹਨੂੰ ਤੂੰ ਆ, ਇਹਨੂੰ ਮੈਂ ਖੇਮੇ ਚ ਬੰਨ ਕੇ ਧੀ ਕੋ ਆ ਦੀਆਂ ਫਿਰਾ, ਹੁਸੈਨ ਕੋ ਆਖ ਮਾਂ ਪਿਆ ਦੀ, ਨਵਾਂ ਮਹਿਮਾਨ ਪਿਆ ਦਾ ਇਸਤਕਬਾਲ ਕਰ। ਦੀਆਂ ਬਹਿਣੀ ਦੇ ਪਰਦੇ ਸਲਾਮਤ ਹੋਣੇ, ਬਾਣੀ ਮਜਲਿਸ ਦੀ ਜ਼ਿੰਦਗੀ ਹੋਵੇ, ਬੱਚਿਆਂ ਦੀ ਜ਼ਿੰਦਗੀ ਦਰਾਜ਼ ਹੋਵੇ, ਵਿਹੜਾ ਵਸੇ, ਤੁਸਾਂ ਸਾਰਿਆਂ ਦੇ ਸ਼ਰਾਈ ਮਕਸਦ ਮਾਲਕ ਪੂਰੇ ਫਰਮਾਵੇ। ਤੁਰ ਪਿਆ ਚਾਚਾ ਜਾਤ ਭਾਈ ਦੇ ਖੇਮੇ ਦੇ ਕੋਲੋਂ ਗੁਜ਼ਰਾ, ਉਹਦੇ ਨਸੀਬ ਜਾਗਦੇ ਡਿੱਠੋ ਸੀ, ਖੁਸ਼ ਹੋਇਆ, ਪੁੱਤਰ ਦੇ ਖੇਮੇ ਕੋਲੋਂ ਕੋ ਗੁਜ਼ਰਾ, ਪੁੱਤਰ ਦੇ ਨਸੀਬ ਜਾਗਦੇ ਡਿੱਠੋ ਸੀ, ਖੁਸ਼ ਹੋਇਆ, ਆਪਣੇ ਖੇਮੇ ਦੇ ਦਰਵਾਜ਼ੇ 'ਤੇ ਆਖੜਾ, ਹੁਰ ਦੀ ਸੌਜਾ, ਹੁਰ ਦੀ ਬੇਟੀ ਮਿੱਟੀ ਦੇ ਬੈਠੀ ਨੂੰ ਧੀ ਗੱਲਾਂ ਵੀ ਸੁਣਦੀ ਹੈ, ਧੀ ਰੋਂਦੀ ਹੈ, ਮਾਂ ਹੀ ਰੋਂਦੀ ਹੈ, ਅਤੇ ਮਾਂ ਧੀ ਦਾ ਸਰ ਚੁੰਕਿਆ ਦੀ, ਬਚੜਾ ਮੈਂ ਤੇਰਾ ਵੰਝਣ ਤਾਂ ਲੁਕਾ ਸਕਦੀ ਹਾਂ, ਇਹ ਤੈਂ ਤੋਹਫੇ ਨਨ ਗਿਨਾ ਬਣੇ, ਤੇਰਾ ਬਾਬਾ ਤੂੰ ਉਹਨਾਂ ਦਾ ਦੁਸ਼ਮਣ ਹੈ, ਬੱਚੀਆਂ ਦੀ ਅੰਮਾ, ਮੈਂ ਉਸ ਮਸਤੂਰ ਦੀ ਵੱਡੀ ਮਿਹਨਤ ਕੀਤੀ ਹੈ ਵੀ ਮੈਂ ਤੋਹਫੇ ਨਹੀਂ ਗਿਣ ਵਹਿੰਦੀ, ਮੇਰਾ ਬਾਬਾ ਮੈਨੂੰ ਮਰੇ ਸੀ, ਮੇਰੇ 'ਤੇ ਨਾਰਾਜ਼ ਹੋ ਸੀ, ਉਹ ਮਸਤੂਰ ਮੇਰਾ ਸਰ ਚੁੰਮਕਿਆ ਦੀ, ਤੂੰ ਤੋਹਫੇ ਗਿਣ ਵਾਂ ਜੇ ਤੇਰੇ ਬਾਬੇ ਦੀ ਮੈਂ ਸਾਹਮਣੇ। ਬਸ ਇਹ ਗੱਲ ਖਤਮ ਹੋਈ ਹੈ ਅਤੇ ਹੋਰ ਅੰਦਰ ਕਦਮ ਰੱਖਾ, ਹੁਰ ਦੀ ਜ਼ੌਜਾ ਨੇ ਅੱਖਾਂ ਸਾਫ਼ ਕਰ ਲਈਆਂ, ਬੀਵੀ ਨੇ ਅੱਖਾਂ ਸਾਫ਼ ਕਰ ਲਈਆਂ, ਤੂੰ ਠਿਕੜੀਏ, ਹੁਰ ਦੀ 4 ਸਾਲ ਦੀ ਧੀ ਆਈ, ਮਾਸੂਮ ਆਈ, ਪਤਾ ਨਾ ਆਈ, ਅੱਖਾਂ ਸਾਫ਼ ਨਹੀਂ ਕਰ ਸਕੀ, ਪਿਓ ਧੀ ਦੀਆਂ ਰੋਂਦੀਆਂ ਹੋਈਆਂ, ਅੱਖੀਂ ਲਿਠੀਆਂ, ਧੀ ਦੇ ਸਰ 'ਤੇ ਹੱਥ ਰੱਖ ਕੇ, ਹੋਰ ਆਦਾ ਕਹਿ ਰੁਆਇਆ ਜੀ, ਬੱਚੀ ਆਦੀ ਕਹਿ ਨਹੀਂ ਰੁਆਇਆ, ਹੋਰ ਆਦਾ ਨਹੀਂ ਤੇਰੀਆਂ ਅੱਖੀਂ ਰੁਣੀਆਂ ਨੂੰ, ਅੱਜ ਨਹੀਂ ਬਾਬਾ ਕਹਿ ਨਹੀਂ ਰੁਆਇਆ, ਹੋਰ ਆਦਾ ਮੈਂ ਅਫਸਰ ਹਾਂ, ਬੱਚੀ ਆਦੀ ਜਾਣਦੀ ਹੈ, ਹੋਰ ਆਦਾ ਜੇ ਰੁਆਇਆ ਮੈਂ ਕੁੜੇ ਸਾਹਿਬ ਮੈਂ ਬਦਲਾ ਲਵਾਂ, ਬੱਚੀ ਠੱਡਾ ਸਾਹਿਬ ਵਰ ਕੇ ਆਦੀ, ਕਹਿੰਦੇ ਕੋਲ ਬਦਲਾ ਲੈ ਸੀ, ਉਹਨਾਂ ਦੇ ਖੇਮੇ 'ਚ ਪਾਣੀ ਕੋਈ, ਹੋਰ ਆਦੇ ਮੇਰਾ ਹੌਸਲਾ ਨਾ ਅਜਮਾ, ਜਲਦੀ ਮੈਂ ਕੁੜੇ ਸਾਹਿਬ ਕਹਿ ਕੁਝ ਆਖਾ ਹੈ, ਆਦੀ ਬਾਬਾ ਡੱਸੇ ਨਹੀਂ ਵਾਅਦਾ ਕਰ ਰੱਖੇ ਸੀ ਤਾਂ ਕੁਝ ਨਾ, ਹੋਰ ਆਦਾ ਮੇਰਾ ਵਾਅਦਾ ਹੋਇਆ ਮੈਂ ਤੈਨੂੰ ਕੁਝ ਨਹੀਂ ਆਦਾ, ਤੂੰ ਮੇਰੀ ਧੀ ਆ ਤੇ ਨਹੀਂ ਬਾਬਾ ਕਸਮ ਚਾਹ, ਹੋਰ ਆਦਾ ਮੈਨੂੰ ਮਦੀਨੇ ਵਾਲੇ ਮੁਹੰਮਦ ਦੀ ਕਸਮ ਹੈ, ਕਿਵੇਂ ਬੱਚੀ ਬਾਬੇ ਤੋਂ ਤੁਰ ਤੁਰ ਡੇਕ ਕਹਿੰਦੀ ਹੈ ਬਾਬਾ ਵਾਤ ਦਸਾਨ, ਕਹਿੰਦੀ ਕਸਮ
ਹੋਰ ਆਦਿ ਮੈਨੂੰ ਮਦੀਨੇ ਵਾਲੇ ਮੁਹੰਮਦ ਦੀ ਕਸਮ ਹੈ, ਆਦਿ ਬਾਬਾ ਮਦੀਨੇ ਵਾਲੇ ਮੁਹੰਮਦ ਨਾਲ ਏਡਾ ਪਿਆਰ ਹੈ, ਤੂੰ ਦੀ ਕਸਮ ਚਾਹੀਦਾ, ਤੂੰ ਦਾ ਕਲਮਾ ਪੜਦਾ, ਹਾਂ ਮੇਰਾ ਬਛੜਾ ਉਹ ਅੱਲਾ ਦਾ ਨਬੀ ਹੈ ਤੇ ਮੈਂ ਉਹਦਾ ਉਮਤੀ ਹਾਂ, ਹੈ ਬਾਬਾ ਜਿਹਦਾ ਕਲਮਾ ਪੜਦਾ ਉਹਦੇ ਪੁੱਤਰ ਦੇ ਮਾਰਨ ਦੀਆਂ ਮੰਨਤਾਂ ਮੰਨੀ ਬਦਲ ਹੋਰ ਤੜਪਿਆ। ਬੱਚੀ ਮੈਂ ਜਲਦੀ ਦੱਸਾਂ ਗੱਲ ਕਿਆ ਹੈ, ਮੇਰਾ ਦਿਲ ਦੁਖਦਾ ਪਿਆ। ਅਜੇ ਬਾਬਾ ਐਲਾਨ ਹੋਇਆ ਨਾ, ਹਰ ਅਫਸਰ ਦੀ ਧੀ, ਹਰ ਅਫਸਰ ਦੀ ਭੈਣ, ਹਰ ਅਫਸਰ ਦੀ ਸੌਜਾ ਦਰਿਆ 'ਤੇ ਵੰਨੇ ਸੈਰ ਕਰ ਆਵੇ। ਕੱਲ੍ਹ ਰਸ਼ ਵੱਧ ਪਏ ਸੀ, ਹੋਰਾਂ ਦਾ ਐਲਾਨ ਮੈਂ ਕਰਾਇਆ, ਬੱਚੀ ਆਦੀ ਜਾਣਦੀ ਹਾਂ ਤੈਂ ਕਰਾਇਆ, ਵੱਧ ਕਿਆ ਹੋਇਆ। ਬੱਚੀ ਆਦੀ ਬਾਬਾ ਮੇਰੀ ਮਾਂ ਤਾਂ ਨਹੀਂ ਗਈ, ਮੈਨੂੰ ਫਰਮਾਇਆ ਸੀ ਜਿਹੜੇ ਸਾਹਮਣੇ ਕਾਲੇ ਰੰਗ ਦੇ ਖੈਮੇ ਨਾ, ਇਹਨਾਂ 'ਚ ਜਿਹੜੇ ਵਹਿਣ ਆਉਂਦੇ ਪੈਣ ਉਹ ਮੈਂ ਕੋ ਨਹੀਂ ਮੰਨਿਆ ਦੇਣੇ। ਬਾਬਾ ਮੇਰੀ ਮਾਂ ਨਹੀਂ ਗਈ ਅਤੇ ਮੈਂ ਟੁਰ ਪਈ ਹਾਂ ਉਹਨਾਂ ਔਰਤਾਂ ਦੇ ਨਾਲ, ਮੈਂ ਦਰਿਆ 'ਤੇ ਗਈ ਹਾਂ, ਨਾ ਮੈਂ ਪਾਣੀ ਪੀਤਾ, ਨਾ ਮੈਂ ਪਾਣੀ ਨੂੰ ਹੱਥ ਲਾਇਆ, ਨਾ ਮੈਂ ਪਾਣੀ ਤੋਂ ਡਿੱਠਾ, ਕੰਢ ਕਰਕੇ ਬੈਠੀ ਰਹੀ ਹਾਂ ਅਤੇ ਆਹ ਦੇ ਰਹੀ ਹਾਂ, ਤੂੰ ਤਾਂ ਬੰਦ ਆ ਪਿਆ ਵਾਰਿਸ ਤੱਸੇ ਹੋਰ ਇਹਦਾ ਵੱਧ ਕਿਆ ਹੋਇਆ। ਬੱਚੀ ਆਦੀ ਬਾਬਾ ਮਸਤੂਰਾਂ 'ਚ ਟੁਰੀਆਂ, ਮੈਂ ਟੁਰ ਪਈ ਹਾਂ, ਇਤਫਾਕਨ ਬਾਬਾ ਮੈਂ ਰਾਹ ਭੁੱਲ ਗਈ ਹਾਂ, ਹੋਰ ਤੜਪਿਆ ਹੈ ਮੇਰਾ ਪੁੱਤਰ, ਰਾਹ ਭੁੱਲ ਗਈ, ਹਾਂ ਬਾਬਾ ਮੇਰਾ ਪੁੱਤਰ ਵੱਧ ਕਿਆ ਹੋਇਆ। ਦੀ ਬਾਬਾ ਘਬਰਾ ਨਾ, ਮੈਂ ਇੰਝ ਦਾ ਰਾਹ ਨਹੀਂ ਭੁੱਲੀ, ਹਾਂ ਕੀ ਉਹਦੇ ਰਾਹ ਭੁੱਲੀ ਹੈ। ਬੱਚੀ ਆਦੀ ਜਹੰਨਮ ਦੇ ਰਾਹ ਤੋਂ ਹਟ ਕੇ ਜੰਨਤ ਦੇ ਰਾਹ 'ਤੇ ਟੁਰ ਪਈ, ਹੋਰ ਇਹਦਾ ਕਿਆ ਹੋਇਆ। ਬੱਚੀ ਆਦੀ ਹੈ ਬਾਬਾ, ਬਾਬਾ ਮੈਂ ਟੁਰੀਆਂ ਇਤਫਾਕਨ, ਮੇਰਾ ਉਹਨਾਂ ਖੈਮਿਆਂ ਕੋਲ ਗੁਜ਼ਰ ਹੋਇਆ ਹੈ ਜਿਹੜੇ ਤੂੰ ਆਦਾ ਮੇਰੇ ਦੁਸ਼ਮਣਾਂ ਦੇ ਖੈਮੇ ਨੇ, ਬਾਬਾ ਉਹਨਾਂ ਖੈਮਿਆਂ ਦੇ ਕਰੀਬ ਆਈਆਂ, ਮੈਂ ਡਰਾਕਲੇ ਅੰਦਾਜ਼ ਨਾਲ ਖੈਮਿਆਂ ਦੇ ਕੋਲ ਗੁਜ਼ਰੀਆਂ, ਮੈਂ ਤਾਂ ਕੋਈ ਮੇਰੇ ਬਾਬੇ ਦਾ ਦੁਸ਼ਮਣ ਮੈਨੂੰ ਛਿਣਕ ਚਲੇ, ਬਾਬਾ ਉਹਨਾਂ ਖੇਮਿਆਂ ਕੋਲੋਂ ਤਾਂ ਮੈਂ ਗੁਜ਼ਰ ਆਈਆਂ, ਮੁਤਮਿਨ ਹੋ ਕੇ ਟੁਰਦੀਆਂ ਦੀਆਂ, ਬਾਬਾ ਉਹ ਜਿਹੜਾ ਸਾਹਮਣੇ ਜਵਾਨ ਖੜਾ ਹੈ ਜਿਹਦੇ ਹੱਥ 'ਚ ਅੱਲਾ ਮੈਂ ਜੇਕੂ ਅੱਬਾਸ ਆਦਰ, ਬਾਬਾ ਜਿਹੜੇ ਵੇਲੇ ਇਹਦੇ ਕੋਲੋਂ ਗੁਜ਼ਰੀਆਂ ਮੈਨੂੰ ਯਕੀਨ ਹੋ ਗਿਆ ਮੇਰੇ ਬਾਬੇ ਦਾ ਹੀ ਦੁਸ਼ਮਣ ਹੈ, ਮਗਰ ਬਾਬਾ ਹੱਦ ਮੁੱਕ ਗਈ ਉਹ ਜਵਾਨ, ਮੈਂ ਰੋਈ ਵੀ ਆਇਆ ਜਿਵੇਂ ਤੱਸਾ ਪਾਣੀ ਦੁਆਉਂਦਾ ਹੈ, ਬਾਬਾ ਮੈਨੂੰ ਚਾਇਆਸ, ਮੈਨੂੰ ਹਾਂ ਦੇ ਨਾਲ ਲਾਇਆਸ, ਮੇਰਾ ਮੱਥਾ ਚੁੰਮ ਕਿਆ ਦੇ ਹੋਰ ਫਿਰਾ ਦੀ ਧੀ ਥੱਕ ਪਈ ਹੈ, ਮੇਰਾ ਬਚੜਾ ਧੀਆਂ ਰੋਜ਼ ਰੋਜ਼ ਬਾਹਰ ਨਹੀਂ ਆਉਂਦੀਆਂ, ਮੈਨੂੰ ਦੱਸਾ ਮੈਂ ਤੈਨੂੰ ਘਰ ਪਹੁੰਚਾਵਾਂ, ਧੀਆਂ ਵੱਡੀਆਂ ਪਿਆਰੀਆਂ ਆਉਂਦੀਆਂ। ਧੀਆਂ ਭੈਣ ਦੇ ਪਰਦੇ ਸਲਾਮਤ ਹੋਣੇ ਜ਼ਰੂਰੀ ਨਹੀਂ, ਬੰਦੇ ਕੂਕਾ ਮਾਰ ਕੇ ਰੋਵਣ, ਇਹੋ ਰੋਵਣ ਮੇਰੀ ਸੈਣ ਪਸੰਦ, ਮੇਰਾ ਬੱਚੜਾ ਧੀਆਂ ਰੋਜ਼ ਰੋਜ਼ ਬਾਹਰ ਨਹੀਂ ਆਉਂਦੀਆਂ, ਬਾਬਾ ਉਹ ਮੈਨੂੰ ਝੋਲੀ 'ਚ ਬੁਲਾਇਆ ਹੈ, ਹੋਰਾਂ ਦੇ ਬਾਅਦ ਕਿਆ ਹੋਇਆ। ਬਾਬਾ ਉਹ ਜਵਾਨ ਮੇਰੇ ਨਾਲ ਪਿਆਰ ਪਿਆ ਕਰਦਾ, ਮੈਂ ਬਾਰ ਬਾਰ ਉਹਦੇ ਚਿਹਰੇ ਤੋਂ ਰਹਿੰਦੀਆਂ, ਮੈਂ ਆਦੀ ਹਾਂ ਮੇਰਾ ਬਾਬਾ ਤੁਹਾਡਾ ਦੁਸ਼ਮਣ ਹੈ, ਇਹ ਤਾਂ ਮੈਨੂੰ ਧੀ ਵਾਂਗੂ ਪਿਆਰ ਪਿਆ ਕਰਦਾ, ਬਾਬਾ ਜਣ ਪਿਆਰ ਰੱਜ ਨਾ ਕੀਤਾ, ਉਹਨਾਂ ਖੈਮੇ ਚ ਚਿੱਟੇ ਸਾਰਾ ਲਈ ਜ਼ਈਫ ਆਈ ਹੈ, ਬਾਬਾ ਇਹ ਤਾਂ ਉਹਨਾਂ ਦੀ ਦਾਈ ਸਡੇਂਦੇ ਸਾਰੇ ਮਾਂ ਉਹ ਖੜ ਕੇ ਆਦੀ ਹੈ ਵੇ ਅੱਬਾਸ, ਉਹ ਜਵਾਨ ਦੇ ਜੀ ਅੰਮਾ ਮੇਰਾ ਲਾਲ ਨਵੀਂ ਮਹਿਮਾਨ ਵਲੀ ਦੀਆਂ ਧੀਆਂ ਸਦਿਆ, ਬਾਬਾ ਮੈਂ ਜਲਦੀ ਨਾਲ ਉਹਦੀ ਝੋਲੀ 'ਚ ਤੱਲੇ ਕਦਮ ਰੱਖਣ ਦਾ ਇਰਾਦਾ ਕੀਤਾ, ਜਿਹੜੀ ਸਹੀ ਫਾਈ ਤੜਪ ਕੀ ਆਈ ਆਦੀ ਅੱਲਾ ਦਾ ਨਾ ਥੱਲੇ ਕਦਮ ਰੱਖੇ ਜਾ ਭੇਜਾ, ਮੈਨੂੰ ਆਖ ਚਾ ਕੇ ਘਿਨਵੇ, ਬਾਬਾ ਜਿਹੜੀ ਤੁਸੀਂ ਆਈ ਮੈਨੂੰ ਚਾ ਕੇ ਘਿਨ ਗਈ, ਬਾਬਾ ਕਯਾਮਤ ਦਾ ਮੰਜ਼ਰ ਆਈ, ਜਿਹੜੇ ਵੇਲੇ ਖੇਮੇ 'ਚ ਦਾਖਲ ਹੋਈਆਂ 64 ਮਜ਼ਦੂਰ 84 ਬੱਚਾ ਮੇਰੇ ਇਸਤਕਬਾਲ ਵਾਸਤੇ ਖੜਾ ਆਈ, ਕੋਈ ਆਦਾ ਮਾਮੇ ਹੋਰ ਦੀ ਧੀ, ਕੋਈ ਆਦਾ ਬਿਸਮਿਲਾ ਚਾਚੇ ਹੋਰ ਦੀ ਧੀ, ਵੇ ਬਾਬਾ ਇੱਕ ਵਾਰੀ ਮਿੱਟੀ ਤੇ ਬਾਏ ਹੋਰ ਮਿੱਟੀ ਤੇ ਬਾਏ ਗਿਆ, 25 ਪਿਉ ਦੇ ਗਲ 'ਚ ਬਾਈ ਪਾ ਕੇ ਦੀਵੇ, ਬਾਬਾ ਹੁਣ ਤਾਈ ਝੂਠ ਬੁਲੇਂਦਾ ਰਿਹਾ ਹੈ, ਮੈਨੂੰ ਤਾਂ ਕੱਲ ਪਤਾ ਲੱਗਾ ਉਹਨਾਂ ਖੈਮੇ 'ਚ ਤੇਰੀਆਂ ਤਰਾਏ ਫੇਰੀ ਰਾਂਦੀਆਂ, ਜਿਹੜੀਆਂ ਜਨ ਸਾਡੇ ਫਿਰਾ ਹੋਰ ਦੀ ਕਿਵੇਂ ਪਈ ਨਿਭਦੀ ਏ, ਆਖਰੀ ਦੋ ਲਫ਼ਜ਼ ਸੋਚ ਤੋਂ ਜ਼ਿਆਦਾ ਪੜ ਲਿਆ ਹੈ, ਹੋਰ ਇਹਦਾ ਵੱਧ ਕਿਆ ਹੋਇਆ। ਬਾਬਾ ਤੂੰ ਮਸਤੂਰ ਮੈਨੂੰ ਝੋਲੀ 'ਚ ਬੁਲਾਇਆ, ਫਰਮਾਇੰਦੀ ਆਈ ਊਂ ਵੇਲੇ ਆਈ ਹੈ ਜਿਹੜੇ ਵੇਲੇ ਮੇਰੇ ਖੇਮਿਆਂ 'ਚ ਪਾਣੀ ਕੋਈ ਨਹੀਂ, ਮਦੀਨੇ ਆਵਿਆ ਤੇਰੇ ਆਵਣ ਦਾ ਮੁੱਲ ਪੈ ਵਜਿਆ, ਹੁਣ ਤਾਂ ਮੈਂ ਡਾਠੀ ਗਰੀਬ ਹਾਂ,
بابا مستور نے مستوروں دو ڈٹھا ہے بولی نہیں ہر مستور اپنے اپنے خیمے چ گئی ہے کوئی برکا گھن آئی ہے کوئی چادر گھن آئی ہے کوئی ہتھاں دے دیور کوئی کناں دے دیور میرے سامنے گٹھڑی بنا کے آدھی حقیر جا تحفہ قبول چکار بابا جن میں گٹھڑی چاہی نہیں ہمیں ڈٹھا ایک چار سال دی بچی دور دی آئی ہے ای مستور دی جھولی چ بہ کے آدھی ہے پھپھی او اے نہیں لاندے پھپھیے میرے دور لہا میں ہور دی دین اڈینی ہاں جیڑا بندہ زندگی چ کدا نہیں رونا ایک واری شام دو منہ کر کے اکو حسین دی معصومہ دی شالہ آج لاہے گئے ویڑا شام غریباں نہ شیمے لہاویا نہ کن زخمی ہوا نہ سجاد